मूविंग ऑन टू द नेक्स्ट सेशन जिसका नाम है पंजाब दे पहरेदार। नपिंदर, पंजाब लॉ एंड ऑर्डर मेंटेन करना, पंजाब नू जो है गैंगस्टर क्रिमिनल मुक्त करना, तो इसका जिम्मा जो है उस सांभिया हुआ है पंजाब दे स्पेशल डीजीपी लॉ एंड ऑर्डर अर्पित शुक्ला ने। जी बिल्कुल, क्योंकि जे अमन कानून सही रहेगा, अमन व्यवस्था बनी रहेगी, लॉ एंड ऑर्डर सही रहेगा, तो आम लोग जड़े है ਉਹ ਚੈਨ ਦੀ ਨੀਂਹ ਸੌਂ ਸਕਣਗੇ। ਅਸੀਂ ਵੀ ਜੇ ਆਫਿਸ ਤੋਂ ਘਰੇ ਜਾਣਾ ਤਾਂ ਹੀ ਸੁੱਖੀ ਸੰਧੀ ਜਾ ਸਕਾਂਗੇ। ਜੇ ਲਾ ਐਂਡ ਆਰਡਰ ਮੇਨਟੇਨ ਹੋਏਗਾ, ਉਹ ਜ਼ਿੰਮੇਵਾਰੀ ਆਪੀ ਸ਼ੁਕਲਾ ਜੀ ਹੋਣੀ ਨਿਭਾ ਰਹੇ ਨੇ, ਸਪੈਸ਼ਲ ਡੀਜੀਪੀ ਨੇ, ਜ਼ਿੰਮੇਵਾਰੀ ਵੱਡੀ ਹੈ ਔਰ ਆਸਾਂ ਵੀ ਲੋਕਾਂ ਨੂੰ ਬਹੁਤ ਨੇ, ਕਿਉਂਕਿ ਇਹ ਇੱਕ ਐਸੀ ਆਸ ਹੈ ਕਿ ਤੁਸੀਂ ਸਰਵਾਈਵ ਕਰਨਾ, ਜਿਉਂਦੇ ਰਹਿਣਾ, ਅਮਨ ਅਮਾਨ ਨਾਲ ਰਹਿਣਾ, ਤਾਂ ਉਹ ਲਾ ਐਂਡ ਆਰਡਰ ਜਿਹੜਾ ਹੈਗਾ ਉਹ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ। ਤੇ ਇਸ ਸੈਸ਼ਨ ਨੂੰ ਮੋਡਰੇਟ ਕਰਨਗੇ ਮੇਰੇ ਸਹਿਯੋਗੀ ਗੌਰਵ ਸ਼ੁਕਲਾ ਐਂਡ ਵਿਜੇਪਾਲ ਪਰਾੜ। ਮੈਂ ਰਿਕੁਐਸਟ ਕਰਾਂਗੀ ਕਿ ਮੰਚ ਤੇ ਆਉਣ ਜੀ। ਤਾਂ ਅਰਪੀ ਸ਼ੁਕਲਾ ਜੀ, ਸਪੈਸ਼ਲ ਡੀਜੀਪੀ, ਤਕਲੀਫ ਦਿੱਤੀ ਹੈ ਇਹਨਾਂ ਨੂੰ, ਅਨੇਕਾਂ ਸਵਾਲ ਨੇ ਇਹਨਾਂ ਦੇ ਕੋਲੇ, ਸਪੈਸ਼ਲ ਡੀਜੀਪੀ ਲਾ ਐਂਡ ਆਰਡਰ ਨੇ ਔਰ ਲੋਕਾਂ ਦੇ ਸਵਾਲ ਇਹਨਾਂ ਨੂੰ ਕੀਤੇ ਜਾਣੇ ਨੇ ਕਿ ਆਖਿਰ ਕਈ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ, ਚਰਚਾਵਾਂ ਹੁੰਦੀਆਂ ਨੇ, ਵਿਰੋਧੀ ਤਰ੍ਹਾਂ ਦੇ ਹਮਲੇ ਵੀ ਹੁੰਦੇ ਨੇ, ਅਨੇਕਾਂ ਸਵਾਲ ਉੱਠਦੇ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ, ਗੈਂਗਸਟਰਵਾਦ ਜਿਹੜਾ ਹੈ ਉਹਨੂੰ ਲੈ ਕੇ ਵੱਡੀ ਚਿੰਤਾ ਵੀ ਖੜੀ ਹੁੰਦੀ ਹੈ। ਗੈਂਗਸਟਰਵਾਦ ਇੱਕ ਐਸਾ ਮੁੱਦਾ ਹੈ ਜਿਹੜਾ ਸ਼ਾਇਦ ਪੂਰੀ ਦੁਨੀਆ ਦੇ ਤੋਂ ਪ੍ਰਭਾਵਿਤ ਹੋਏਗੀ, ਪਰ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਐਸੇ ਐਸੇ ਨਵੇਂ ਨਾਮ ਆ ਗਏ, ਹਾਲਾਂਕਿ ਕੈਟਾਗਰੀ ਵਾਈਜ਼ ਪੁਰਾਣੇ ਨਾਮ ਵੀ ਕਾਫੀ ਵੱਡੇ ਨੇ, ਕਈ ਦੇਸ਼ ਤੋਂ ਬਾਹਰ ਨੇ, ਤਾਂ ਉਹਨਾਂ ਸਾਰਿਆਂ ਨੂੰ ਕਿਵੇਂ ਸਲਾਖਾਂ ਦੇ ਪਿੱਛੇ ਉਹਨਾਂ ਦੀ ਅਸਲੀ ਜਿਹੜੀ ਜਗ੍ਹਾ ਉੱਥੇ ਪਹੁੰਚਾਉਣਾ, ਕਿਵੇਂ ਆਮ ਲੋਕਾਂ ਨੂੰ ਰਾਹਤ ਦੇਣੀ ਹੈ, ਤੇ ਕਿਵੇਂ ਆਮ ਲੋਕ ਆਪਦੇ ਬੱਚਿਆਂ ਨੂੰ, ਆਪਦੇ ਪਰਿਵਾਰ ਨੂੰ ਜਦੋਂ ਘਰ ਤੋਂ ਬਾਹਰ ਭੇਜਦੇ ਨੇ ਤਾਂ ਸ਼ਾਮ ਤੱਕ ਉਹ ਰਾਹਤ ਨਾਲ ਘਰੇ ਉਡੀਕ ਕਰ ਸਕਣ ਕਿ ਬੇਫਿਕਰ ਰਹੀਏ, ਸਾਡੇ ਪਰਿਵਾਰ ਦਾ ਜੀ ਜਿਹੜਾ ਗਿਆ ਉਹ ਸੁੱਖੀ ਸਾਂਦੀ ਘਰੇ ਆਏਗਾ। ਜ਼ਿੰਮੇਵਾਰੀ ਤੁਹਾਡੇ ਤੇ ਹੈ ਅਰਪੀ ਸ਼ੁਕਲਾ ਜੀ, ਸਪੈਸ਼ਲ ਡੀਜੀਪੀ ਲਾ ਐਂਡ ਆਰਡਰ, ਤੇ ਇਹਨਾਂ ਨੂੰ ਲੋਕਾਂ ਦੇ ਸਵਾਲ ਮੇਰੇ ਸਾਥੀ ਗੌਰਵ ਸ਼ੁਕਲਾ ਜੀ ਤੇ ਵਿਜੇਪਾਲ ਬਰਾੜ ਕਰਨਗੇ। ਜੀ ਓਵਰ ਟੂ ਯੂ ਗੌਰਵ ਐਂਡ ਵਿਜੇ। ਸ਼ੁਕਰੀਆ ਨਪਿੰਦਰ। ਸਰਬਜੋਤ, ਇਹ ਸੈਸ਼ਨ ਬਹੁਤ ਇੰਪੋਰਟੈਂਟ ਹੈ। 24 ਘੰਟੇ ਸਾਡੇ ਕੋਲ ਦਿਨ ਦੇ ਵਿੱਚ ਹੁੰਦੇ ਨੇ, 24 ਘੰਟੇ ਦੇ ਹਰ ਇੱਕ ਸੈਕਿੰਡ ਦੇ ਵਿੱਚ ਸਾਨੂੰ ਸਭ ਤੋਂ ਜ਼ਰੂਰੀ ਕੀ ਹੈ, ਖੁਦ ਦੀ ਪਰਿਵਾਰ ਦੀ ਸੁਰੱਖਿਆ, ਤੇ ਉਹਨਾਂ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ, ਪੰਜਾਬ ਦੀ, ਪੰਜਾਬ ਦੀ ਪੁਲਿਸ ਦੀ। ਇਸ ਕਰਕੇ ਅਸੀਂ ਇਸ ਸੈਸ਼ਨ ਨੂੰ ਨਾਮ ਵੀ ਪੰਜਾਬ ਦੇ ਪਹਿਰੇਦਾਰ ਦਿੱਤਾ, ਜਾਂ ਕਹੀਏ ਕਿ ਹਰ ਇੱਕ ਪੰਜਾਬੀ ਦੇ ਪਹਿਰੇਦਾਰ। ਔਰ ਇੱਕ ਬਹੁਤ ਅਹਿਮ ਸ਼ਖਸੀਅਤ ਸਾਡੇ ਵਿਚਾਲੇ ਨੇ, ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਲਾਅ ਐਂਡ ਆਰਡਰ ਕਿਸ ਤਰੀਕੇ ਨਾਲ ਪੰਜਾਬ ਦਾ ਰਹੇ ਉਸ ਨੂੰ ਵਧੀਆ ਰੱਖਣ ਦੀ ਜ਼ਿੰਮੇਵਾਰੀ ਹੁੰਦੀ ਹੈ। ਅਰਪੀ ਸ਼ੁਕਲਾ ਜੀ, ਸਪੈਸ਼ਲ ਡੀਜੀ ਨੇ ਲਾਅ ਐਂਡ ਆਰਡਰ ਦੇ, ਸਰ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ। ਬਹੁਤ ਬਹੁਤ ਧੰਨਵਾਦ। ਮੈਂ ਸ਼ੁਰੂਆਤ ਕਰਦਾ, ਬਹੁਤ ਸਾਰੇ ਸਵਾਲਾਂ ਦੀ ਲਿਸਟ ਸਾਡੇ ਕੋਲ ਹੈ, ਪਰ ਮੈਂ ਸ਼ੁਰੂਆਤ ਲਾਅ ਐਂਡ ਆਰਡਰ ਤੋਂ ਹੀ ਕਰਾਂਗਾ। ਆਬਵੀਅਸ ਤੁਹਾਡਾ ਉਹ ਪੂਰਾ ਡਿਪਾਰਟਮੈਂਟ ਹੈ, ਤੁਲਨਾ ਦੇ ਨਾਲ ਤੁਸੀਂ ਮੌਜੂਦਾ ਸਮੇਂ ਦੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਨਾਲ ਕੰਪੇਅਰ ਕਰਦੇ ਹੋ, ਤਾਂ ਮੌਜੂਦਾ ਸਥਿਤੀ ਨੂੰ ਕਿਵੇਂ ਦੇਖਦੇ ਹੋ? ਅੱਜ ਦਾ ਜਿਹੜਾ ਸੂਰਤੇ ਹਾਲ ਹੈ ਪੰਜਾਬ ਦਾ, ਲਾਅ ਐਂਡ ਆਰਡਰ ਇਜ਼ ਐਬਸੋਲੂਟਲੀ ਅੰਡਰ ਕੰਟਰੋਲ, ਲੇਕਿਨ ਸਾਡੇ ਪੰਜਾਬ ਦੇ ਵਿੱਚ ਤਿੰਨ ਮੇਨ ਸਮੱਸਿਆਵਾਂ ਨੇ ਜਿਹਦੇ ਨਾਲ ਅਸੀਂ ਜੂਝ ਰਹੇ ਹਾਂ ਜੀ। ਇੱਕ ਸਮੱਸਿਆ ਹੈ ਗੈਂਗਸਟਰਿਜ਼ਮ ਦੀ, ਦੂਸਰੀ ਸਮੱਸਿਆ ਹੈ ਡਰੱਗਸ ਦੀ ਜੀ, ਔਰ ਤੀਸਰੀ ਸਾਡੀ ਜਿਹੜੀ ਮੇਨ ਸਮੱਸਿਆ ਹੈ ਉਹ ਹੈ ਬਾਰਡਰ ਮੈਨੇਜਮੈਂਟ ਦੀ, ਉਹ ਵੀ ਡਰੱਗਸ ਨਾਲ ਰਿਲੇਟਡ ਹੈ। ਲੇਕਿਨ ਇਹ ਦੋ ਸਮੱਸਿਆਵਾਂ ਸਾਡੀਆਂ ਮੇਨ ਨੇ ਜੋ ਸਾਡੇ ਅੱਗੇ ਇੱਕ ਚੈਲੇਂਜ ਵੀ ਪੋਜ਼ ਕਰਦੀਆਂ ਨੇ, ਔਰ ਪੰਜਾਬ ਪੁਲਿਸ ਵੱਲੋਂ, ਪੰਜਾਬ ਸਰਕਾਰ ਵੱਲੋਂ
ਇੱਕ ਟੀਚਾ ਬਣਾਇਆ ਗਿਆ ਹੈ ਕਿ ਪੰਜਾਬ ਨੂੰ ਇਹਨਾਂ ਦੋਵਾਂ ਚੀਜ਼ਾਂ ਤੋਂ ਬਿਲਕੁਲ ਫ੍ਰੀ ਕਰਾਉਣਾ ਹੈ, ਗੈਂਗਸਟਰ ਮੁਕਤ ਔਰ ਡਰੱਗ ਮੁਕਤ ਪੰਜਾਬ ਰੱਖਣਾ ਹੈ। ਜਿਹੜਾ ਪੰਜਾਬ ਹਿੰਦੁਸਤਾਨ ਦੀ ਟੋਪ ਸਟੇਟ ਹੁੰਦੀ ਸੀ ਉਸ ਨੂੰ ਉਸੇ ਸਥਾਨ ਤੇ ਵਾਪਸ ਲੈ ਕੇ ਜਾਣਾ। ਸੋ ਇਹ ਸਾਡੇ ਦੋ ਮੇਨ ਜਿਹੜੇ ਚੈਲੰਜਸ ਨੇ, ਇਸ ਦੇ ਤਹਿਤ ਅਸੀਂ ਪਾਲਿਸੀਜ਼ ਬਣਾ ਕੇ ਇਸ ਤੇ ਕੰਮ ਕਰ ਰਹੇ ਹਾਂ। ਔਰ ਪਿਛਲੇ ਇੱਕ ਸਾਲ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਸਾਨੂੰ ਕਾਫੀ ਸਾਡੀ ਉਪਲਬਧੀ ਹੋਈ ਹੈ। ਡਰੱਗਸ ਫਰੰਟ ਦੇ ਉੱਤੇ ਜਿਹੜਾ ਸਾਡਾ ਸਟ੍ਰੈਟਜੀ ਹੈ ਕਿ ਜਿਹੜੇ ਡਰੱਗ ਪੈਡਲਰਸ ਨੇ, ਜਿਹੜੇ ਡਰੱਗ ਸਮਗਲਰਸ ਨੇ, ਉਹਨਾਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੀ, ਉੱਥੇ ਹੀ ਜਿਹੜੇ ਡਰੱਗ ਐਡਿਕਟਸ ਨੇ ਉਹਨਾਂ ਨੂੰ ਕਨਵਿੰਸ ਕਰਕੇ ਉਹਨਾਂ ਨੂੰ ਵਾਪਸ ਮੇਨ ਫੋਲਡ ਚ ਲਿਆਉਣ ਲਈ ਉਹਨਾਂ ਨੂੰ ਡੀ ਐਡਿਕਸ਼ਨ ਔਰ ਰੀਹੈਬਿਲੀਟੇਸ਼ਨ ਬਾਰੇ ਸੋਚਿਆ ਜਾਵੇ। ਸੋ ਇਹ ਇਸ ਪ੍ਰੋਗਰਾਮ ਨੂੰ ਅਸੀਂ ਸ਼ੁਰੂ ਕੀਤਾ ਹੋਇਆ। ਜੀ, ਔਰ ਬਾਰਡਰ ਏਰੀਆਸ ਦੇ ਜਿਹੜੇ ਸਾਡੇ 7 ਜ਼ਿਲ੍ਹੇ ਲੱਗਦੇ ਆ, 553 ਕਿਲੋਮੀਟਰ ਦਾ ਜਿਹੜਾ ਸਾਡਾ ਇੰਟਰਨੈਸ਼ਨਲ ਬਾਰਡਰ ਹੈ, ਉਹਦੇ ਉੱਤੇ ਅਸੀਂ ਇੱਕ ਖਾਸ ਮੁਹਿੰਮ ਚਲਾ ਰਹੇ ਹਾਂ ਤਾਂ ਕਿ ਇਹ ਜਿਹੜੇ ਯੰਗਸਟਰਸ ਹੈ ਇਹ ਡਰੱਗਸ ਤੋਂ ਬਾਹਰ ਆਉਣ ਔਰ ਪੜ੍ਹਾਈ ਔਰ ਸਪੋਰਟਸ ਵੱਲ ਲੱਗਣ। ਔਰ ਜਿਹੜਾ ਸਾਡਾ ਇਹ ਗੈਂਗਸਟਰ ਕਲਚਰ ਇੱਕ ਸ਼ੁਰੂ ਹੋਇਆ ਇਜ਼ੀ ਮਨੀ ਕਮਾਉਣ ਦਾ, ਇਸ ਤੋਂ ਵੀ ਬੱਚਿਆਂ ਨੂੰ ਦੂਰ ਰੱਖਿਆ ਜਾ ਸਕੇ। ਜੀ, ਕਿਉਂਕਿ ਜਿਵੇਂ ਸਿਕਿਉਰਿਟੀ ਦਾ ਜ਼ਿਕਰ ਕੀਤਾ ਸਰ ਗੌਰਵ ਨੇ, ਕੋਈ ਵੀ ਬੰਦਾ ਹੈ, ਆਮ ਬੰਦਾ ਜਿਹੜਾ ਕਮਾਈ ਕਰਦਾ, ਜੇ ਅਸੀਂ ਟੈਕਸ ਭਰਦੇ ਹਾਂ ਤਾਂ ਦੋ ਤਿੰਨ ਚੀਜ਼ਾਂ ਗਵਰਨਮੈਂਟ ਤੋਂ ਐਕਸਪੈਕਟ ਕਰਦੇ ਹਾਂ ਕਿ ਇੱਕ ਸਾਨੂੰ ਚੰਗੀ ਐਜੂਕੇਸ਼ਨ ਮਿਲੇ, ਇੱਕ ਸਾਨੂੰ ਵਧੀਆ ਹੈਲਥ ਫੈਸਿਲਿਟੀਜ਼ ਮਿਲਣ, ਔਰ ਤੀਸਰਾ ਸਾਨੂੰ ਸੋਸ਼ਲ ਸਿਕਿਉਰਿਟੀ ਜਿਹੜੀ ਹੈ ਕਿ ਸਾਡੀ। ਜਿਹੜਾ ਤੁਸੀਂ ਗੈਂਗਸਟਰ ਦਾ ਜ਼ਿਕਰ ਕੀਤਾ, ਇਹਨੇ ਇੰਨੀ ਦਹਿਸ਼ਤ ਭਰਤੀ ਹੈ ਲੋਕਾਂ ਦੇ ਦਿਲਾਂ ਦੇ ਵਿੱਚ, ਵਪਾਰੀਆਂ ਦੇ, ਕੰਮ ਕਰਦਿਆਂ ਦੇ, ਜਿਵੇਂ ਰੰਗਦਾਰੀਆਂ ਮੰਗੀਆਂ ਜਾਂਦੀਆਂ, ਫਰੌਤੀਆਂ, ਕਿ ਜੇ ਅਸੀਂ ਐਕਸਪੈਕਟ ਕਰਦੇ ਹਾਂ ਕਿ ਅਸੀਂ ਆਪਣਾ ਬਿਜ਼ਨਸ ਕਰ ਰਹੇ ਹਾਂ ਜਾਂ ਆਪਣੇ ਘਰੇ ਬੈਠੇ ਹਾਂ ਤੇ ਸਾਡੇ ਘਰ ਦੇ ਬਾਹਰ ਕੋਈ ਬੰਦਾ ਗਨ ਲੈ ਕੇ ਖੜਾ, ਤਾਂ ਉਹ ਗੈਂਗਸਟਰ ਨਹੀਂ ਹੋਣਾ ਚਾਹੀਦਾ, ਉਹ ਇੱਕ ਪੁਲਿਸ ਆਫਿਸਰ ਹੋਣਾ ਚਾਹੀਦਾ। ਉਹਦੇ 'ਚ ਬੜਾ ਫਰਕ ਹੈ। ਇਸ ਚੀਜ਼ ਨੂੰ ਪੰਜਾਬ ਪੁਲਿਸ ਕਿਵੇਂ ਅਸ਼ੋਰ ਕਰੇਗੀ? ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਮੌਜੂਦਾ ਸਰਕਾਰ ਦਾ ਗਠਨ ਹੋਇਆ, ਉਸਦੇ ਇਮੀਡੀਏਟਲੀ ਬਾਅਦ ਗੈਂਗਸਟਰਸ ਨਾਲ ਨਜਿੱਠਣ ਲਈ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ, AGTF। ਪਿਛਲੇ ਸਿਰਫ ਇੱਕ ਸਾਲ ਦੇ ਜੇ ਮੈਂ ਗੱਲ ਕਰਾਂ ਤੇ 950 ਤੋਂ ਵੱਧ ਗੈਂਗਸਟਰਸ AGTF ਨੇ ਗ੍ਰਿਫਤਾਰ ਕੀਤੇ, ਜਿਹੜੇ ਕਿ ਜੇਲ੍ਹਾਂ ਦੀ ਸਲਾਖਾਂ ਦੇ ਪਿੱਛੇ ਨੇ। ਜੀ, ਇਸ ਤੋਂ ਇਲਾਵਾ ਜਿਹੜੇ ਗੈਂਗਸਟਰਸ ਬਾਹਰ ਬੈਠੇ ਆ ਵਿਦੇਸ਼ਾਂ ਚ, ਜਿਹੜੇ ਆਪਣੇ ਇਸ਼ਾਰਿਆਂ ਤੇ ਇਹ ਜਿਹੜੇ ਕ੍ਰਾਈਮ ਕਰਵਾਉਂਦੇ ਆ, ਉਹਨਾਂ ਦੇ ਖਿਲਾਫ ਵੀ ਐਕਸਟ੍ਰੈਡੀਸ਼ਨ ਦੀ ਪ੍ਰੋਸੈਸ ਸ਼ੁਰੂ ਕੀਤਾ ਗਿਆ। ਠੀਕ ਹੈ, ਔਰ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਉਹ ਐਕਸਟ੍ਰਾਡਾਈਟ ਹੋ ਕੇ, ਕਿਉਂਕਿ ਇਹ ਲੰਬਾ ਇੱਕ ਪ੍ਰੋਸੈਸ ਹੁੰਦਾ ਹੈ, ਸੋ ਉਹਨਾਂ ਦੇ ਉੱਤੇ ਵੀ ਇਹ ਨਕੇਲ ਕਸੀ ਜਾ ਰਹੀ ਹੈ। ਪਿਛਲੇ ਇੱਕ ਸਾਲ ਦੇ ਦੌਰਾਨ ਇਹੋ ਜਿਹੇ 40 ਐਨਕਾਊਂਟਰਸ ਹੋਏ, ਜਿਹਦੇ ਵਿੱਚ 30 ਤੋਂ ਵੱਧ ਗੈਂਗਸਟਰਸ ਗੋਲੀ ਲੱਗਣ ਦੇ ਬਾਅਦ ਫੜੇ ਗਏ ਔਰ 10 ਗੈਂਗਸਟਰਸ ਐਲੀਮੀਨੇਟ ਹੋਏ। ਠੀਕ, ਦੇ ਵਰ ਨਿਊਟਰਲਾਈਜ਼ਡ। ਜੀ, ਸੋ ਇਹ ਜਿਹੜਾ ਸਾਡਾ 24 ਘੰਟੇ ਅਸੀਂ ਇਹਨਾਂ ਕੰਮਾਂ ਤੇ ਹੀ ਰਹਿੰਦੇ ਹਾਂ ਕਿ ਜੋ ਵੀ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਵੇ ਅਸੀਂ ਉਹਨੂੰ ਵੈਲਕਮ ਕਰਦੇ ਹਾਂ। ਔਰ ਸਾਡੀ ਸਟ੍ਰੈਟਜੀਜ਼ ਹੈ, ਸਾਡੇ ਸਪੈਸ਼ਲ ਆਪਰੇਸ਼ਨਸ ਚੱਲਦੇ ਆ, ਜਿਸ ਦਾ ਬਹੁਤ ਅੱਛਾ ਹੁੰਗਾਰਾ ਮਿਲਿਆ, ਪਬਲਿਕ ਦਾ ਬੜਾ ਅੱਛਾ ਸਪੋਰਟ ਮਿਲ ਰਿਹਾ, ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਸ ਤੇ ਵੀ ਠੱਲ ਪਏਗੀ। ਕਿਉਂਕਿ ਲਾਅ ਐਨਫੋਰਸਮੈਂਟ ਏਜੰਸੀਜ਼ ਦਾ ਤਾਂ ਆਪਣਾ ਇੱਕ ਕੰਮ ਹੁੰਦਾ, ਇੱਕ ਫੋਰਸ ਹੈ, ਉਹਨੇ ਉਸ ਚੀਜ਼ ਨੂੰ ਇੰਪਲੀਮੈਂਟ ਕਰਨਾ,
ਤੁਸੀਂ ਸਮਝਦੇ ਹੋ ਕਿ ਉਸਦੇ ਪਿੱਛੇ ਇੱਕ ਮਜ਼ਬੂਤ ਸਿਆਸੀ ਇੱਛਾ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ, ਫੇਰ ਹੀ ਤੁਸੀਂ ਉਸ ਚੀਜ਼ ਨੂੰ ਅੱਗੇ ਇੰਪਲੀਮੈਂਟ ਕਰ ਸਕਦੇ। ਨਹੀਂ, ਡੈਫੀਨੇਟਲੀ ਇੱਕ ਸਟਰੋਂਗ ਗਵਰਨਮੈਂਟ, ਇੱਕ ਸਟਰੋਂਗ ਇੱਕ ਕਨਵਿਕਸ਼ਨ ਕਿ ਅਸੀਂ ਇਹ ਕੰਮ ਕਰਨਾ ਹੈ, ਉਹ ਬਹੁਤ ਜ਼ਰੂਰੀ ਹੈ। ਔਰ ਇਸ ਵੇਲੇ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਦੇ ਜਿਹੜੇ ਦਿਸ਼ਾ ਨਿਰਦੇਸ਼ ਹੈ ਉਹਨਾਂ ਤੇ ਚੱਲਦਿਆਂ ਹੋਇਆਂ ਵੀ ਹੈਵ ਫਾਰਮੂਲੇਟਡ ਆਰ ਆਪਰੇਸ਼ਨ ਪਲਾਨਸ, ਵੀ ਹੈਵ ਫਾਰਮੂਲੇਟਡ ਆਰ ਪਾਲਿਸੀਜ਼, ਤਾਂ ਕਿ ਅਸੀਂ ਆਪਣੇ ਜਿਹੜੇ ਯੂਥ ਹੈ ਉਹਨਾਂ ਨੂੰ ਡਰੱਗਸ ਚੋਂ ਕੱਢੀਏ, ਔਰ ਜਿਹੜੇ ਇਹ ਦਿਸ਼ਾ ਵਿਹੀਨ ਹੋ ਕੇ ਕ੍ਰਾਈਮ ਵਾਲੇ ਪਾਸੇ ਜਾ ਰਹੇ ਆ ਇਹਨਾਂ ਨੂੰ ਵੀ ਵਾਪਸ ਲੈ ਕੇ ਆਈਏ ਔਰ ਮੇਨ ਫੋਲਡ ਦੇ ਵਿੱਚ। ਇਹ ਵੀ ਡਰੱਗਸ ਨਾਲ ਇੰਟਰਕੁਨੈਕਟਡ ਨੇ ਸਰ, ਜਿਹੜਾ ਤੁਸੀਂ ਕਹਿਣਾ ਕਿ ਵਿਦੇਸ਼ਾਂ ਦੇ ਵਿੱਚ ਬੈਠ ਕੇ ਉਹ ਕਿਸੇ ਨੂੰ ਵੀ ਹਾਇਰ ਕਰ ਲੈਂਦੇ ਹੈ, 50,000 ਦੇ ਕੇ, 20,000 ਦੇ ਕੇ ਕਿਸੇ ਦੇ ਘਰ ਤੇ ਗੋਲੀਆਂ ਚਲਾਤੀਆਂ, ਉਹ ਤੁਸੀਂ ਜਿਨ੍ਹਾਂ ਨੂੰ ਫੜਦੇ ਹੋ ਉਸ ਦੇ ਵਿੱਚ ਨਿਕਲ ਕੇ ਆਉਂਦਾ ਕਿ ਉਹ ਨਸ਼ੇ ਦੀ ਪੂਰਤੀ ਲਈ ਜਾਂ ਹੋਰ ਚੀਜ਼ਾਂ ਲਈ ਇਹ ਕ੍ਰਾਈਮ ਕਰਦੇ। ਇਹ ਸਾਰਾ ਇੰਟਰ ਰਿਲੇਟਡ ਹੈ, ਇਹ ਇੰਟਰਲਿੰਕਡ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦਿਆਂਗਾ ਕਿ ਜਿਹੜੀ ਸਾਡੀ ਬਾਰਡਰ ਬੈਲਟ ਹੈ ਉਹਦੇ ਵਿੱਚ ਹੀਰੋਇਨ ਆ ਰਹੀ ਹੈ ਜੀ, ਔਰ ਉਸਦਾ ਮੇਨ ਕਾਰਨ ਇਹ ਹੈ ਕਿ ਜਦੋਂ ਉਹ ਇੰਡੀਆ ਦੇ ਵਿੱਚ ਲੈਂਡ ਕਰਦੀ ਹੈ ਉਸਦੇ ਪ੍ਰਾਈਸਿਸ ਦੇ ਵਿੱਚ 50% ਤੋਂ ਵੱਧ, 50 ਗੁਣਾ ਤੋਂ ਵੱਧ ਇਜ਼ਾਫਾ ਹੋ ਜਾਂਦਾ ਹੈ ਜੀ। ਸੋ ਈਜ਼ੀ ਮਨੀ ਜਿਹੜੀ ਹੈ, ਭਾਵੇਂ ਉਹ ਗੈਂਗਸਟਰਿਜ਼ਮ ਦੇ ਵਿੱਚ ਹੈ, ਵੈਪਨਸ ਵੀ ਆ ਰਹੇ ਹੈ ਦੂਸਰੇ ਪਾਸੇ, ਸੋ ਇਹ ਸਾਰੀਆਂ ਚੀਜ਼ਾਂ ਸਾਡੇ ਯੂਥ ਨੂੰ ਅਲਿਓਰ ਕਰਦੀਆਂ ਨੇ ਕਿ ਉਹ ਈਜ਼ੀ ਮਨੀ ਵਾਲੇ ਪਾਸੇ ਚੱਲਣ ਔਰ ਇਸ ਤਰ੍ਹਾਂ ਦੇ ਕੋਈ ਕੰਮ ਕਰਨ ਜਿਹਦੇ ਨਾਲ ਲੋਕਾਂ 'ਚ ਦਹਿਸ਼ਤ ਹੋਵੇ ਔਰ ਉਹ ਪੈਸੇ ਕਮਾਉਣ। ਸਰ, ਤੁਸੀਂ ਇਨਕਾਊਂਟਰਸ ਦਾ ਜ਼ਿਕਰ ਕੀਤਾ, ਇਨਫੈਕਟ ਤੁਸੀਂ ਖੁਦ ਜ਼ਿਕਰ ਕਰ ਦਿੱਤਾ ਕਿ 10 ਨਿਊਟਰਲਾਈਜ਼ ਕਰ ਦਿੱਤੇ ਗਏ ਜਿਹੜੇ ਗੈਂਗਸਟਰ ਸੀ, ਕਿ ਇਨਕਾਊਂਟਰਸ ਇਜ਼ ਦਾ ਓਨਲੀ ਵੇ ਗੈਂਗਸਟਰਵਾਦ ਨੂੰ ਖਤਮ ਕਰਨ ਦਾ? ਆਖਿਰ ਉਹ ਸਟੈਪ ਕਿਉਂ ਲੈਣਾ ਪਿਆ? ਕਿਉਂਕਿ ਲੋਕ ਇਹ ਵੀ ਨੋਟ ਕਰ ਰਹੇ ਹੈ, ਨੋਟਿਸ ਕਰ ਰਹੇ ਇਸ ਚੀਜ਼ ਨੂੰ ਕਿ ਪਿਛਲੇ 1.5-2 ਮਹੀਨਿਆਂ ਦੇ ਵਿੱਚ ਪੁਲਿਸ ਦਾ ਐਕਸ਼ਨ ਗੈਂਗਸਟਰਾਂ ਦੇ ਉੱਤੇ ਇਨਕਾਊਂਟਰ ਦੇ ਜ਼ਰੀਏ ਬਹੁਤ ਹੈ। ਨਹੀਂ, ਇਨਕਾਊਂਟਰ ਕੋਈ ਪਲਾਨ ਨਹੀਂ ਹੁੰਦਾ। ਇੱਕ ਤਾਂ ਮੈਂ ਤੁਹਾਡੇ ਨਾਲ ਜੀ, ਅਸੀਂ ਤਾਂ ਕ੍ਰਿਮੀਨਲਸ ਨੂੰ ਫੜਨ ਜਾਂਦੇ ਹਾਂ ਜੀ, ਲੇਕਿਨ ਜੇ ਕੋਈ ਇਸ ਤਰ੍ਹਾਂ ਦੀ ਆਸ ਕਰੇ ਕਿ ਉਹ ਪੁਲਿਸ ਦੇ ਉੱਤੇ ਫਾਇਰਿੰਗ ਕਰੇ ਜਾਂ ਅਟੈਕ ਕਰੇ ਔਰ ਉਸਦੇ ਬਾਅਦ ਪੁਲਿਸ ਲਿਬਰਲ ਰਹੇਗੀ, ਤੇ ਇਹ ਉਮੀਦ ਕਰਨਾ ਸ਼ਾਇਦ ਕੁਝ ਜ਼ਿਆਦਾ ਸੋਚਣ ਵਾਲੀ ਗੱਲ ਹੈ। ਸੋ ਇਹ ਜਿੰਨੇ ਵੀ ਐਨਕਾਊਂਟਰਸ ਹੋਏ, ਕ੍ਰਿਮੀਨਲਸ ਨੇ ਕੋਸ਼ਿਸ਼ ਕੀਤੀ ਕਿ ਉਹ ਆਪਣੀ ਬਹਾਦਰੀ ਪੁਲਿਸ ਦੇ ਉੱਤੇ ਅਜਮਾਨ, ਔਰ ਉਸਦੇ ਬਾਅਦ ਇਹ ਐਨਕਾਊਂਟਰਸ ਹੋਏ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਐਨਕਾਊਂਟਰ ਇਜ਼ ਨੋ ਸੋਲਿਊਸ਼ਨ ਔਰ ਅਸੀਂ ਚਾਹੁੰਦੇ ਵੀ ਨਹੀਂ ਹੈ ਜੀ। ਸਾਡੀ ਤਾਂ ਪਹਿਲਾਂ ਅਪੀਲ ਹੁੰਦੀ ਹੈ ਕਿ ਇਹ ਜਿਹੜੇ ਸਾਡੇ ਯੂਥ ਬਾਹਰ ਗਏ ਆ, ਇਹਨਾਂ ਦੇ ਪੇਰੈਂਟਸ ਨਾਲ ਗੱਲ ਕਰਕੇ ਇਹਨਾਂ ਨੂੰ ਵਾਪਸ ਮੇਨ ਸਟ੍ਰੀਮ ਦੇ ਵਿੱਚ ਲਿਆ ਜਾਵੇ। ਲੇਕਿਨ ਡਿਊਟੀ ਦੇ ਦੌਰਾਨ ਜੇ ਕੋਈ ਦੁਸਾਹਸ ਕਰੇਗਾ, ਪੁਲਿਸ ਫੋਰਸ ਦੇ ਉੱਤੇ ਅਟੈਕ ਕਰੇਗਾ, ਤੇ ਫਿਰ ਮੈਂ ਸਵਾਲ ਇਸ ਕਰਕੇ ਵੀ ਪੁੱਛਿਆ ਕਿਉਂਕਿ ਸਰ ਪੋਲੀਟੀਕਲ ਤੌਰ ਦੇ ਉੱਤੇ ਬਹੁਤ ਸਾਰੀਆਂ ਸਟੇਟਮੈਂਟਸ ਹੁੰਦੀਆਂ ਨੇ ਔਰ ਇਨਫੈਕਟ ਜਿਹੜੀਆਂ ਆਪੋਜੀਸ਼ਨ ਪਾਰਟੀ ਨੇ, ਲਾਜ਼ਮੀ ਤੌਰ ਤੇ ਤੁਸੀਂ ਉਹਨਾਂ ਨੂੰ ਜਵਾਬ ਨਹੀਂ ਦੇਣਾ ਚਾਹੋਗੇ, ਪਰ ਇਸ ਪੂਰੇ ਮਾਹੌਲ ਨੂੰ ਕੰਪੇਅਰ ਕਰਨਾ ਸ਼ੁਰੂ ਕਰ ਦਿੱਤਾ ਗਿਆ 90s ਦੇ ਨਾਲ ਕਿ ਉਸ ਸਮੇਂ ਐਵੇਂ ਹੋ ਰਿਹਾ ਸੀ, ਅੱਜ ਐਵੇਂ ਹੋ ਰਿਹਾ ਹੈ। ਕਿਉਂਕਿ ਤੁਸੀਂ ਤੇ ਉਹ ਟੈਨਿਓਰ ਵੀ ਦੇਖਿਆ ਸਰ, ਇੱਕ ਟਾਈਮ ਸੀ ਜਦੋਂ ਪੰਜਾਬ 'ਚ ਟੈਰਰਿਜ਼ਮ ਦਾ ਦੌਰ ਸੀ, ਅੱਜ ਗੈਂਗਸਟਰਸ ਦਾ ਆਪਾਂ ਜ਼ਿਕਰ ਕਰਦੇ ਹਾਂ, ਕੋਈ ਮੇਲ ਹੈ ਆਪਸ ਦੇ ਵਿੱਚ, ਕੰਪੇਅਰ ਕਰ ਸਕਦੇ ਹਾਂ? ਮੈਂ ਤੁਹਾਨੂੰ ਸਿਰਫ ਇੰਨਾ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਇਜ਼ ਵਨ ਆਫ ਦਾ ਬੈਸਟ ਫੋਰਸਿਸ ਨਾਟ ਓਨਲੀ ਇਨ ਦਾ ਕੰਟਰੀ ਬਟ ਇਨ ਦਾ ਐਂਟਾਇਰ ਵਰਲਡ। ਪੰਜਾਬ ਪ੍ਰੋਬਬਲੀ ਹੈਜ਼ ਬੀਨ ਦਾ ਓਨਲੀ ਸਟੇਟ ਵੇਅਰ ਵੀ ਹੈਵ ਬੀਨ ਏਬਲ ਟੂ ਕੰਪਲੀਟਲੀ ਇਰੈਡੀਕੇਟ ਟੈਰਰਿਜ਼ਮ। ਸਿਰਫ ਪੰਜਾਬ ਪੁਲਿਸ ਦੀ ਸ਼ਹਾਦਤਾਂ, ਪੰਜਾਬ ਪੁਲਿਸ ਦੇ ਬਹਾਦਰੀ ਦੇ ਸਦਕਾ ਅਸੀਂ ਉਸ ਕਾਲੇ ਦਹਾਕੇ ਤੋਂ ਬਾਹਰ ਨਿਕਲੇ। ਔਰ ਇਹ ਤਾਂ ਚੈਲੰਜਸ ਛੋਟੇ ਨੇ, ਉਸ ਵੇਲੇ ਦਾ ਜਿਨ੍ਹਾਂ ਨੇ ਸਮਾਂ ਵੇਖਿਆ ਹੈ ਉਹ ਜਾਣਦੇ ਨੇ, ਬੰਬ ਬਲਾਸਟ,
ਫਾਇਰਿੰਗਸ ਮੈਸੇਕਰਸ ਦੇ ਵਰ ਵੈਰੀ ਕਾਮਨ ਔਰ ਉਸ ਵੇਲੇ ਜੇ ਇਹ ਪੁਲਿਸ ਫੋਰਸ ਆਪਣੀ ਜਾਂਬਾਜ਼ੀ ਨਾਲ ਉਹ ਖਤਮ ਕਰਾ ਸਕਦੀ ਹੈ ਲੋਕਾਂ ਦੇ ਸਹਿਯੋਗ ਨਾਲ ਤੇ ਇਹ ਛੋਟੀਆਂ ਚੀਜ਼ਾਂ ਨੇ ਅਸੀਂ ਇਹਦੇ ਤੇ ਵਰਕ ਕਰ ਰਹੇ ਹਾਂ ਐਂਡ ਆਈ ਐਮ ਸ਼ੋਰ ਲੋਕ ਸਾਡੇ ਸਪੋਰਟ ਦੇ ਵਿੱਚ ਖੜੇ ਹੋ ਰਹੇ ਆ ਜਿਸ ਤਰ੍ਹਾਂ ਮੈਂ ਦੱਸਿਆ ਬਾਰਡਰ ਦੇ ਵਿੱਚ ਤਸਕਰੀ ਰੋਕਣ ਲਈ ਅਸੀਂ ਵਿਲੇਜ ਡਿਫੈਂਸ ਕਮੇਟੀਜ਼ ਬਣਾਈਆਂ ਜਿਹੜਾ ਡਰੋਨ ਰਾਹੀਂ ਸਾਡੇ ਕੋਲ ਵੈਪਨ ਔਰ ਨਾਰਕੋਟਿਕਸ ਆ ਰਿਹਾ ਹੈ ਉਸ ਦੇ ਖਿਲਾਫ ਇਨਾਮੀ ਯੋਜਨਾਵਾਂ ਸ਼ੁਰੂ ਕੀਤੀਆਂ ਸੀਨੀਅਰ ਅਧਿਕਾਰੀ ਬਾਰਡਰ ਦੇ ਵਿੱਚ ਜਾ ਕੇ ਲੋਕਾਂ ਨਾਲ ਤਾਲਮੇਲ ਕਰ ਰਹੇ ਹਾਂ ਇਨ ਸਾਰੀਆਂ ਚੀਜ਼ਾਂ ਦਾ ਫਰਕ ਪਿਆ ਔਰ ਲੋਕਾਂ ਵੱਲੋਂ ਸਾਨੂੰ ਇਨਫੋਰਮੇਸ਼ਨ ਆਉਣੀ ਸ਼ੁਰੂ ਹੋ ਗਈ ਇੱਕ ਹੋਰ ਅਸੀਂ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਕਿ ਜਿਹੜੇ ਇਹ ਵੱਡੇ ਬਿਗ ਫਿਸ਼ਸ ਜਿਹਨੂੰ ਕਹਿੰਦੇ ਆ ਡਰੱਗਸ ਦੇ ਜਿਹੜੇ ਵੱਡੇ ਵਿਆਪਾਰੀ ਹੈ ਇਹਨਾਂ ਦੀ ਪ੍ਰੋਪਰਟੀਜ਼ ਫੋਰਫੀਟ ਕਰਨੀ ਜਦੋਂ ਤੱਕ ਇਹਨਾਂ ਨੂੰ ਫਾਈਨੈਂਸ਼ੀਅਲ ਧੱਕਾ ਨਹੀਂ ਲੱਗੇਗਾ ਉਦੋਂ ਤੱਕ ਇਹ ਗਤੀਵਿਧੀਆਂ ਜਾਰੀ ਰਹਿਣਗੀਆਂ ਕਿਉਂਕਿ ਇਹਦੇ 'ਚ ਬਿਗ ਮਨੀ ਇਜ਼ ਇਨਵੋਲਵਡ ਉਹਨਾਂ ਦਾ ਇੱਕ ਕੰਸਾਈਨਮੈਂਟ ਦਾ ਲੱਖਾਂ ਰੁਪਏ ਹਿਸਾਬ ਨਾਲ ਪੈਸਾ ਬਣਦਾ ਤਾਂ ਅਸੀਂ ਇਹਨਾਂ ਦੀ ਜਿਹੜੀ 100 ਤੋਂ ਉੱਤੇ ਕੇਸਿਸ ਦੀ ਪਿਛਲੇ ਇੱਕ ਸਾਲ ਦੇ ਵਿੱਚ ਅਸੀਂ ਪ੍ਰੋਪਰਟੀ ਫੋਰਫੀਟ ਕਰਨ ਲਈ ਅਸੀਂ ਕੰਪੀਟੈਂਟ ਅਥਾਰਟੀ ਨੂੰ ਮੈਸੇਜ ਭੇਜਿਆ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤੇ ਅਸੀਂ ਫੋਕਸ ਕੀਤਾ ਹੈ ਬੈਕਵਰਡ ਫਾਰਵਰਡ ਫਾਰਵਰਡ ਲਿੰਕੇਜਸ ਤੇ ਅਸੀਂ ਫੋਕਸ ਕਰ ਰਹੇ ਹਾਂ ਕਿ ਕਿੱਥੋਂ ਆਈ ਔਰ ਅੱਗੇ ਕਿੱਥੇ ਜਾਣੀ ਸੀ ਤਾਂ ਕਿ ਪੂਰੇ ਦੇ ਪੂਰੇ ਜਿਹੜੀ ਚੇਨ ਹੈ ਸਪਲਾਈ ਚੇਨ ਇਸ ਦਾ ਪਰਦਾਫਾਸ਼ ਕੀਤਾ ਜਾਏ ਔਰ ਇਸ ਦੇ ਬਹੁਤ ਅੱਛੇ ਨਤੀਜੇ ਪਿਛਲੇ ਇੱਕ ਸਾਲ ਦੇ ਦੌਰਾਨ 1300 ਕਿਲੋ ਤੋਂ ਵੱਧ ਅਸੀਂ ਹੀਰੋਇਨ ਇਕੱਲੇ ਪੰਜਾਬ ਬਾਰਡਰ ਤੇ ਰਿਕਵਰ ਕੀਤੀ ਹੈ ਵਿਚ ਇਜ਼ ਮੋਰ ਦੈਨ 3 ਟਾਈਮਸ ਦੈਨ ਵਾਟ ਵਾਜ਼ ਰਿਕਵਰਡ ਇਨ ਲਾਸਟ 3 ਈਅਰਸ ਸੋ ਇਟਸ ਅ ਹਿਊਜ ਰਿਕਵਰੀ ਵੀ ਆਰ ਡੂਇੰਗ ਇਟ ਅਨਫੋਰਚੁਨੇਟਲੀ ਸਾਡਾ ਗੁਆਂਢੀ ਮੁਲਕ ਜਿਹੜਾ ਹੈ ਉਹ ਡੀਸਟੇਬਲਾਈਜ਼ ਸੋ ਪੰਜਾਬ ਤੁਸੀਂ ਕਹਿਣਾ ਚਾਹ ਰਹੇ ਹੋ ਟ੍ਰਾਂਜ਼ਿਟ ਰੂਟ ਹੈ ਪੰਜਾਬ ਇਜ਼ ਬੇਸਿਕਲੀ ਅ ਟ੍ਰਾਂਜ਼ਿਟ ਰੂਟ ਕੁਝ ਇੱਥੇ ਰਹਿ ਜਾਂਦਾ ਹੈ ਬਟ ਕੋਸ਼ਿਸ਼ ਇਹ ਹੁੰਦੀ ਹੈ ਇਹਨਾਂ ਸਮਗਲਰਸ ਦੀ ਕਿ ਕਾਫੀ ਸਾਰਾ ਮਟੀਰੀਅਲ ਨਾਰਕੋਟਿਕਸ ਡਰੱਗਸ ਬਾਹਰ ਲਿਜਾਇਆ ਜਾਵੇ ਇਹ ਜਦੋਂ ਟਰੈਵਲ ਕਰਦਾ ਹੈ ਉਸ ਹਿਸਾਬ ਨਾਲ ਇਹਦੀ ਕੀਮਤ ਵੱਧਦੀ ਕਰੋੜਾਂ ਚ ਚਲੀ ਜਾਂਦੀ ਹੈ ਸੋ ਪੰਜਾਬ ਪੁਲਿਸ ਵੱਲੋਂ ਇਹ ਸੈਕਿੰਡ ਲਾਈਨ ਆਫ ਡਿਫੈਂਸ ਵੀ ਅਸੀਂ ਇੱਕ ਸ਼ੁਰੂ ਕੀਤੀ ਹੈ ਜਿਵੇਂ ਕਿ ਜਿਹੜੀ ਬਾਰਡਰ ਸਿਕਿਉਰਿਟੀ ਹੈ ਦੈਟ ਇਜ਼ ਬੇਸਿਕਲੀ ਵਿਦ BSF ਲੇਕਿਨ ਉਸ ਦੇ ਨਾਲ ਅਸੀਂ ਰੈਗੂਲਰ ਤਾਲਮੇਲ ਕਰਕੇ ਇੱਕ ਸੈਕਿੰਡ ਲਾਈਨ ਆਫ ਡਿਫੈਂਸ ਬਣਾਈ ਹੈ ਜਦੋਂ ਦੇ ਡਰੋਨ ਦੇ ਆਉਣੇ ਸ਼ੁਰੂ ਹੋਏ ਆ ਤਾਂ ਕਿ ਜਿਹੜੇ ਪੰਜਾਬ ਦੇ ਅੰਦਰ ਕੋਈ ਡਰੱਗਸ ਆਉਂਦੀਆਂ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਔਰ 100 ਤੋਂ ਵੱਧ ਸਾਡੇ ਡਰੋਨਸ ਅਸੀਂ ਪਿਛਲੇ ਇੱਕ ਸਾਲ ਦੇ ਵਿੱਚ ਫੜੇ ਵੀ ਹੈ ਸੋ ਕਾਫੀ ਕੰਮ ਚੱਲ ਰਿਹਾ ਹੈ ਇਸ ਤੇ ਔਰ ਅਸੀਂ ਲਗਾਤਾਰ ਇਸ ਤੇ ਆਪਣੀ ਨਿਗਾਹ ਬਣਾਈ ਹੋਈ ਅੱਛਾ ਤੁਸੀਂ ਸਰ ਜਿਹੜੇ ਵਿਦੇਸ਼ਾਂ ਚ ਬੈਠੇ ਗੈਂਗਸਟਰਸ ਨੇ ਉਹਨਾਂ ਦਾ ਜ਼ਿਕਰ ਕੀਤਾ ਕਈਆਂ ਨੂੰ ਯੂਨੀਅਨ ਗਵਰਨਮੈਂਟ ਨੇ ਟੈਰਰਿਸਟ ਵੀ ਡਿਕਲੇਅਰ ਕਰਤਾ ਅਸੀਂ ਜਦੋਂ ਇਸ ਚੀਜ਼ ਬਾਰੇ ਸੁਣਦੇ ਹਾਂ ਜਾਂ ਪੜ੍ਹਦੇ ਹਾਂ ਤਾਂ ਗੈਂਗਸਟਰਿਜ਼ਮ ਤੇ ਟੈਰਰਿਜ਼ਮ ਦੇ ਵਿੱਚ ਬੜੀ ਥਿਨ ਲਾਈਨ ਹੈ ਕਿ ਉਸਨੂੰ ਕਿਸ ਤਰੀਕੇ ਨਾਲ ਡਿਸਕ੍ਰਾਈਬ ਕੀਤਾ ਜਾਵੇ ਤੁਸੀਂ ਰੋਜ਼ 2-4 ਹੁੰਦੇ ਹੋ ਇਹਨਾਂ ਚੀਜ਼ਾਂ ਨਾਲ ਕੀ ਗੈਂਗਸਟਰਸ ਨੂੰ ਉਹਨਾਂ ਐਕਟੀਵਿਟੀਜ਼ ਦੇ ਲਈ ਯੂਜ਼ ਕੀਤਾ ਜਾ ਰਿਹਾ ਦੇਖੋ ਇੱਕ ਟਰਮ ਹੈ ਨਾਰਕੋ ਟੈਰਰਿਜ਼ਮ ਠੀਕ ਹੈ ਜੀ ਵਿਚ ਇਜ਼ ਡਿਵਲਪਮੈਂਟ ਆਫ ਦ ਰੀਸੈਂਟ ਈਅਰਸ ਅੱਗੇ ਨਾਰਕੋਟਿਕਸ ਡਰੱਗ ਸਮਗਲਿੰਗ ਵੱਖਰੀ ਚੀਜ਼ ਸੀ ਟੈਰਰਿਜ਼ਮ ਜਾਂ ਗੈਂਗਸਟਰਿਜ਼ਮ ਤਾਂ ਨਵੀਂ ਚੀਜ਼ਾਂ ਹੈਗੀਆਂ ਸੋ ਇਹ ਵੱਖਰੀ ਵੱਖਰੀ ਚੀਜ਼ਾਂ ਸੀਗੀਆਂ ਠੀਕ ਹੈ ਨਾਓ ਦੇ ਹੈਵ ਕਲੱਬ ਟੁਗੈਦਰ ਮੈਨੂੰ ਲੱਗਦਾ ਹੈ ਕਿ ਜਿੱਥੇ ਇਹ ਮੋਰ ਫਾਈਨੈਂਸ਼ੀਅਲ ਐਂਗਲ ਇਜ਼ ਇਨਵੋਲਵਡ ਜਿੱਥੇ
ਚਾਰ ਪੈਸੇ ਮਿਲਦੇ ਆ, ਜਿੱਥੇ ਉਹ ਫਾਇਦਾ ਹੁੰਦਾ ਹੈ ਉਸ ਪਾਸੇ ਨੂੰ ਤੁਰ ਜਾਂਦੇ ਆ। ਉਹੀ ਡਰੋਨ ਡਰੱਗਸ ਲੈ ਕੇ ਆਉਂਦਾ, ਉਹੀ ਡਰੋਨ ਹਥਿਆਰ ਲੈ ਕੇ ਆਉਂਦਾ। ਸੋ ਬੇਸਿਕਲੀ ਦੇ ਆਰ ਸਪਲਾਈਂਗ ਵਾਟ ਐਵਰ ਵੀ ਰਿਕੁਆਇਰ, ਜੋ ਵੀ ਇੱਥੋਂ ਕੋਈ ਸਮਗਲਰ ਮੰਗਾਉਂਦਾ ਹੈ ਉਹ ਸਪਲਾਈ ਕਰਦੇ ਆ। ਸੋ ਇਹਨਾਂ ਦਾ ਆਪਸੀ ਗਠਜੋੜ ਹੈ, ਨਾਤਾ ਹੈ, ਔਰ ਇਹ ਇੰਟਰ ਰਿਲੇਟਿਡ ਨੇ। ਸੋ ਸਾਡੇ ਇੰਟਰਨਲ ਸਿਕਿਉਰਿਟੀ, ਸਾਡੇ AGTF, ਸਾਡੇ ਪੰਜਾਬ ਪੁਲਿਸ ਦੇ ਹੋਰ ਸਪੈਸ਼ਲਾਈਜ਼ਡ ਬ੍ਰਾਂਚਸ ਨੇ ਜਿਹੜੇ ਲਗਾਤਾਰ ਇਹਨਾਂ ਤੇ ਧਿਆਨ ਦੇ ਕੇ ਰੱਖਦੇ। ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ ਸਰ, ਆਪਾਂ ਗੈਂਗਸਟਰ ਦਾ ਲਗਾਤਾਰ ਜ਼ਿਕਰ ਕਰ ਰਹੇ ਹਾਂ, ਗੈਂਗਸਟਰਸ ਨੂੰ ਪਰਿਭਾਸ਼ਿਤ ਕਿਵੇਂ ਕੀਤਾ ਜਾਵੇ? ਇੱਕ ਗੈਂਗਸਟਰ ਦਾ ਨਾਮ ਜ਼ਿਹਨ ਦੇ ਵਿੱਚ ਆਉਂਦਾ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ। ਹੁਣ ਜਿਨ੍ਹਾਂ ਦੇ ਇਨਕਾਊਂਟਰਸ ਹੋਏ ਆ, ਜਿਨ੍ਹਾਂ ਨੂੰ ਫੜਿਆ ਗਿਆ, ਉਹਨਾਂ ਦੇ ਵਿੱਚ ਕੁਝ ਐਸੇ ਵੀ ਹੋਣਗੇ ਜਿਨ੍ਹਾਂ ਦੇ ਉੱਤੇ ਇੰਨੇ ਹੀਨੀਅਸ ਕ੍ਰਾਈਮਸ ਦੇ ਐਲੀਗੇਸ਼ਨਸ ਨਹੀਂ ਹੋਣਗੇ। ਕਿ ਅਲੱਗ ਅਲੱਗ ਕੈਟਾਗਰੀਜ਼ ਹੈ, ਕਿਸੇ ਨੇ ਕੋਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਭੱਜਿਆ, ਦੋ ਚਾਰ ਪਰਚੇ ਉਸਦੇ ਉੱਤੇ ਦਰਜ ਨੇ, ਕਿ ਉਹ ਵੀ ਸੇਮ ਕੈਟਾਗਰੀ ਦਾ ਗੈਂਗਸਟਰ ਹੈ, ਜਾਂ ਉਸਨੂੰ ਗੈਂਗਸਟਰ ਕਹਿਣਾ ਠੀਕ ਹੋਏਗਾ ਜਾਂ ਨਹੀਂ? ਅਸੀਂ ਕਿਸੇ ਨੂੰ ਲੁਟੇਰਾ ਕਹਿ ਦਿੰਦੇ ਹਾਂ, ਬਦਮਾਸ਼ ਕਹਿ ਦਿੰਦੇ ਹਾਂ, ਮਤਲਬ ਉਹਨਾਂ ਨੂੰ ਕਿਵੇਂ ਤੁਸੀਂ ਟਰਮਸ ਕਿਵੇਂ ਉਹਦੀਆਂ ਡਿਸਕ੍ਰਾਈਬ ਕਰੋਗੇ? ਤੁਸੀਂ ਆਪ ਚੰਗਾ ਜਵਾਬ ਦਿੱਤਾ ਹੈ। ਇਹ ਜਿਹੜੇ ਬਦਮਾਸ਼ ਛੋਟੇ ਹੁੰਦੇ ਸੀ ਜੀ, ਨਾਓ ਦੇ ਹੈਵ ਆਰਗਨਾਈਜ਼ਡ। ਜਦੋਂ ਦਾ ਇਹ ਟੈਲੀਫੋਨ, ਮੋਬਾਈਲ ਫੋਨਸ, ਇਹ ਸਾਰੀ ਸੁਵਿਧਾਵਾਂ ਸ਼ੁਰੂ ਹੋਈਆਂ। ਸੋ ਇਟ ਇਜ਼ ਅ ਨੈਟਵਰਕ। ਜਦੋਂ ਇਹ ਨੈਟਵਰਕ ਬਣ ਜਾਂਦਾ ਹੈ ਤੇ ਦੈਨ ਇਟ ਬਿਕਮਸ ਅ ਗੈਂਗਸਟਰ ਗੈਂਗ। ਵੀ ਹੈਵ ਕੈਟੇਗਰਾਈਜ਼ਡ ਦੇਮ। ਫੁੱਟ ਸੋਲਜਰਸ ਇਹ ਲਗਾਤਾਰ ਇਸ ਕੋਸ਼ਿਸ਼ 'ਚ ਰਹਿੰਦੇ ਆ ਕਿ ਯੰਗਸਟਰਸ ਨੂੰ, ਤੁਸੀਂ ਪਿੱਛੇ ਦੇਖਿਆ ਪੰਜਾਬ ਦੇ ਵਿੱਚ ਜਿਹੜੀ ਦੋ ਵੱਡੇ ਟੈਰਰਿਸਟ ਇੰਸੀਡੈਂਟਸ ਹੋਏ, ਜਿੱਥੇ ਇੱਕ ਤਰਨ ਤਾਰਨ ਦੇ ਵਿੱਚ RPG ਅਟੈਕ ਹੋਇਆ, ਇੱਕ ਪੁਲਿਸ ਇੰਟੈਲੀਜੈਂਸ ਬਿਲਡਿੰਗ ਤੇ RPG ਅਟੈਕ ਹੋਇਆ, ਉੱਥੇ ਛੋਟੀ ਉਮਰ ਦੇ ਬੱਚੇ ਉਹਨਾਂ ਨੂੰ ਰੈਡੀਕਲਾਈਜ਼ ਕਰਕੇ ਔਰ ਥੋੜੇ ਥੋੜੇ ਪੈਸਿਆਂ ਪਿੱਛੇ ਇਸ ਪਾਸੇ ਨੂੰ ਲਾ ਦਿੱਤਾ ਜਾਂਦਾ ਹੈ। ਸੋ ਜਿਸ ਤਰ੍ਹਾਂ ਤੁਸੀਂ ਕਿਹਾ, ਇਹ ਇੰਟਰ ਰਿਲੇਟਿਡ ਹੈ। ਕਿਤੇ ਪੈਸੇ ਦੇ ਕੇ, ਕਿਤੇ ਆਈਡੀਓਲੋਜੀਕਲੀ ਉਹਨਾਂ ਨੂੰ ਬਹਿਕਾ ਕੇ ਇਸ ਪਾਸੇ ਨੂੰ ਤੋਰਨ ਦੀ ਇੱਕ ਪ੍ਰਥਾ ਸ਼ੁਰੂ ਹੋਈ ਹੈ। ਸੋ ਇਹ ਗੈਂਗਸਟਰਸ ਦੇ ਉੱਤੇ ਅਸੀਂ ਕੈਟਾਗਰਾਈਜ਼ ਕੀਤਾ ਹੈ, ਇਹਨਾਂ ਦੇ ਹਿੰਟਰਲੈਂਡਸ ਕੀ ਹੈਗੇ ਆ, ਕਿੱਥੋਂ ਇਹ ਫੁੱਟ ਸੋਲਜਰਸ ਆਪਣੇ ਇਕੱਠੇ ਕਰਦੇ ਆ, ਇਹ ਸਾਰੀ ਇੱਕ ਬੜਾ ਡਿਟੇਲਡ ਪਲਾਨ ਬਣਾ ਕੇ ਅਸੀਂ ਉਸ ਦੇ ਤਹਿਤ ਕੰਮ ਕਰ ਰਹੇ ਹਾਂ। ਕਿਤੇ ਨਾ ਕਿਤੇ ਸਰ, ਜੇ ਇਹਨਾਂ ਨੂੰ ਫੜ ਕੇ ਵੀ ਲਿਆਂਦਾ ਤਾਂ ਇਹ ਜੇਲ੍ਹਾਂ ਦੇ ਵਿੱਚੋਂ ਆਪਰੇਸ਼ਨ ਕਿਵੇਂ ਚਲਾ ਲੈਂਦੇ ਆ? ਉਸ ਚੀਜ਼ ਨੂੰ ਕਿਉਂ ਨਹੀਂ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ? ਦੇਖੋ, ਇਹ ਕਿ ਬਹੁਤ ਵੱਡਾ ਮੁੱਦਾ ਹੈ, ਇਹ ਇਕੱਲੇ ਪੰਜਾਬ ਦਾ ਨਹੀਂ ਬਲਕਿ ਪੂਰੇ ਹਿੰਦੁਸਤਾਨ 'ਚ ਇੱਕ ਇਹ ਸਮੱਸਿਆ ਹੈ ਕਿ ਜੇਲ੍ਹ ਦੇ ਅੰਦਰੋਂ ਕਿਸ ਤਰ੍ਹਾਂ ਕਾਰਵਾਈਆਂ ਜਾਰੀ ਰਹਿੰਦੀਆਂ ਨੇ, ਅਸੀਂ ਸਾਰਿਆਂ ਦੇਖਿਆ। ਸੋ ਪੰਜਾਬ ਸਰਕਾਰ ਵੱਲੋਂ ਔਰ ਪੰਜਾਬ ਪ੍ਰਿਜ਼ਨ ਡਿਪਾਰਟਮੈਂਟ ਇੱਕ ਵੱਖਰਾ ਡਿਪਾਰਟਮੈਂਟ ਹੁੰਦਾ, ਲੇਕਿਨ ਅਸੀਂ ਉਹਨਾਂ ਨਾਲ ਲਗਾਤਾਰ ਤਾਲਮੇਲ 'ਚ ਹਾਂ, ਉਹਨਾਂ ਦੀ ਸਟਰੈਂਥ ਨੂੰ ਅਸੀਂ ਵਧਾ ਰਹੇ ਹਾਂ। ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਫੰਡਸ ਉਹਨਾਂ ਨੂੰ ਮੁਹੱਈਆ ਕਰਾਏ ਗਏ ਆ ਤਾਂ ਕਿ ਜਿਹੜੀ ਸਾਡੀ ਜੇਲ੍ਹ ਦੀ ਪੈਰਾਮੀਟਰ ਸਿਕਿਉਰਿਟੀ ਹੈ, ਜੇਲ੍ਹ ਦੀ ਇੰਟਰਨਲ ਸਿਕਿਉਰਿਟੀ ਹੈ, ਉਸ ਨੂੰ ਹੋਰ ਵਧਾਇਆ ਜਾਵੇ। ਸਾਡੀ ਇੱਕ ਦੋ ਜੇਲ੍ਹਾਂ ਹੈਗੀਆਂ, ਆਈ ਵੁੱਡ ਨਾਟ ਲਾਈਕ ਟੂ ਨੇਮ, ਜਿਨ੍ਹਾਂ ਦੇ ਵਿੱਚ ਅਸੀਂ ਜੈਮਰਸ ਲਗਾਏ ਆ, ਹਾਈ ਸਿਕਿਉਰਿਟੀ ਪ੍ਰਿਜ਼ਨ ਨੂੰ ਕੰਪਲੀਟਲੀ ਜੈਮ ਕੀਤਾ ਹੈ ਤਾਂ ਕਿ ਉੱਥੋਂ ਕੋਈ ਵੀ, ਲੇਕਿਨ ਇਹ ਬਹੁਤ ਵੱਡਾ ਕੰਮ ਹੈ। ਮੇਰੇ ਖਿਆਲ ਅਨਦਰ 6 ਮੰਥਸ ਦਾ ਟਾਈਮ ਵਿਲ ਕਮ ਜਦੋਂ ਕਿ ਸਾਡੇ ਬਾਡੀ ਸਕੈਨਰਸ ਵਗੈਰਾ ਅਲਟਰਾ ਮਾਡਰਨ ਲਏ ਜਾ ਰਹੇ ਆ। ਸੋ ਵੀ ਆਰ ਮਾਡਰਨਾਈਜ਼ਿੰਗ ਆਰਸੈਲਵਸ, ਵੀ ਆਰ ਇਕਵਿਪਿੰਗ ਦਾ ਜੇਲ੍ਹ ਡਿਪਾਰਟਮੈਂਟ ਆਲਸੋ, ਕਿ ਇਹ ਜਿਹੜਾ ਜੇਲ੍ਹ ਦੇ ਅੰਦਰੋਂ ਕਮਿਊਨੀਕੇਸ਼ਨ ਹੈ, ਇਸ ਨੂੰ ਟੋਟਲੀ ਰੋਕਿਆ ਜਾ ਸਕੇ। ਔਰ ਜਿੱਥੇ ਕੋਈ ਕੋਲੂਜਨ ਮਿਲਦਾ ਹੈ, ਜਿੱਥੇ ਵੀ ਫੋਨ ਫੜੇ ਜਾਂਦੇ ਆ, ਉਸਦੀ
ਤਹਿਕੀਕਾਤ ਹੁੰਦੀ ਹੈ ਜੇ ਕੋਈ ਜੇਲ੍ਹ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਕਿਸੇ ਵੀ ਵਿਅਕਤੀ ਦਾ ਉਸ ਦੇ ਨਾਲ ਸੰਬੰਧ ਮਿਲਦਾ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ ਜੀ ਮੈਂ ਅਗਲਾ ਸਵਾਲ ਲਵਾਂ ਸਰ ਅਲੱਗ ਅਲੱਗ ਕੈਟਾਗਰੀਜ਼ ਨਜ਼ਰ ਆਉਂਦੀਆਂ ਇੱਕ ਹੈਗਾ ਆਰਗਨਾਈਜ਼ਡ ਕ੍ਰਾਈਮ ਇੱਕ ਹੈਗਾ ਸਡਨ ਕ੍ਰਾਈਮ ਜਿੱਥੇ ਆਪਾਂ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਦੇਖਦੇ ਹਾਂ ਕਿ ਗੋਲੀਆਂ ਚੱਲ ਗਈਆਂ ਜਾਂ ਕੋਈ ਐਸੀ ਘਟਨਾ ਵਾਪਰ ਗਈ ਇੱਕ ਤੁਸੀਂ ਰੈਡਿਕਲਾਈਜ਼ ਕਰ ਰਹੇ ਹੈ ਕਈ ਨੌਜਵਾਨਾਂ ਨੂੰ ਖਾਸ ਤੌਰ ਤੇ ਬਹੁਤ ਯੰਗ ਏਜ ਦੇ ਬੱਚਿਆਂ ਨੂੰ ਜਿਹੜੇ ਸ਼ਾਇਦ 18 ਤੋਂ ਵੀ ਘੱਟ ਹੈ ਤੁਸੀਂ ਸਭ ਤੋਂ ਵੱਡਾ ਟਾਸਕ ਕਿਸ ਨੂੰ ਸਮਝ ਰਹੇ ਹੋ ਅੱਜ ਦੀ ਡੇਟ ਦੇ ਵਿੱਚ ਤਿੰਨਾਂ ਦੇ ਵਿੱਚੋਂ ਦੇਖੋ ਪੁਲਿਸ ਬਾਰੇ ਮੈਂ ਬਹੁਤ ਸਾਰੀਆਂ ਗੱਲਾਂ ਕਰਤੀਆਂ ਜੀ ਬਟ ਮੈਂ ਸਮਝਦਾ ਕਿ ਇੱਕ ਕਾਮਨ ਰਿਸਪੋਂਸ ਆਉਣਾ ਬਹੁਤ ਜ਼ਰੂਰੀ ਹੈ ਸਮਾਜਿਕ ਰਿਸਪੋਂਸ ਆਉਣਾ ਬਹੁਤ ਜ਼ਰੂਰੀ ਹੈ ਕੋਈ ਵੀ ਮੁੱਦਾ ਭਾਵੇਂ ਉਹ 80 ਦਾ ਟੈਰਰਿਜ਼ਮ ਦਾ ਸਮਾਂ ਸੀ 90s ਦਾ ਔਰ ਭਾਵੇਂ ਅੱਜ ਦੇ ਚੈਲੇਂਜਸ ਨੇ ਇਹ ਉਦੋਂ ਹੀ ਦੂਰ ਕੀਤੇ ਜਾ ਸਕਦੇ ਆ ਜਦੋਂ ਲੋਕ ਸਾਡੇ ਨਾਲ ਮਿਲ ਕੇ ਖੜੇ ਹੋਣ ਸੋ ਇਹਨਾਂ ਸਾਰਿਆਂ ਚੀਜ਼ਾਂ ਦਾ ਜਿਹੜਾ ਰਿਸਪੋਂਸ ਹੈ ਇਹ ਸਮਾਜ ਨੂੰ ਵੀ ਓਨਾ ਹੀ ਦੇਣਾ ਪਏਗਾ ਉਹਨਾਂ ਨੂੰ ਵੀ ਬੱਚਿਆਂ ਨੂੰ ਸਮਝਾਉਣਾ ਪਏਗਾ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਡਿਸਿਪਲਿਨ ਦੇ ਵਿੱਚ ਲੈਣਾ ਪਏਗਾ ਉਹਨਾਂ ਨੂੰ ਤਰੱਕੀ ਵੱਲ ਸੁਪਨੇ ਤਰੱਕੀ ਦੇ ਦਿਖਾਉਣੇ ਪੈਣਗੇ ਤਾਂ ਕਿ ਇਹ ਜਿਹੜਾ ਇੱਕ ਦੂਸ਼ਿਤ ਮਾਹੌਲ ਹੈ ਇਸ ਨੂੰ ਠੀਕ ਕੀਤਾ ਜਾਵੇ ਇਹ ਇਕੱਲੇ ਪੁਲਿਸ ਦਾ ਕੰਮ ਨਹੀਂ ਹੈ ਮੀਡੀਆ ਦਾ ਸਮਾਜ ਦਾ ਇਹ ਸਾਰਿਆਂ ਨੂੰ ਮਿਲ ਕੇ ਇਸ ਪਾਸੇ ਆਪਣੇ ਕਦਮ ਚੱਕਣੇ ਪੈਣਗੇ ਸਰ ਉਹ ਕਹਿੰਦੇ ਕਿ ਨੈਗੇਟਿਵਿਟੀ ਬਹੁਤ ਗ੍ਰੈਬ ਕਰਦੀ ਹੈ ਨਾ ਤੁਹਾਡੇ ਆਈ ਬਾਲਸ ਬਹੁਤ ਗ੍ਰੈਬ ਕਰਦੀ ਹੈ ਮੈਂ ਸਡਨ ਕ੍ਰਾਈਮ ਦੇ ਉੱਤੇ ਜਮਾਂ ਇੱਕ ਗਨ ਕਲਚਰ ਵਾਲੀ ਤੁਹਾਨੂੰ ਲੱਗਦਾ ਕਿ ਪੰਜਾਬ 'ਚ ਸਮੱਸਿਆ ਹੈ ਗਨ ਕਲਚਰ ਆਪਾਂ ਅਮੈਰੀਕਾ 'ਚ ਬਹੁਤ ਸੁਣਦੇ ਹਾਂ ਪਿਛਲੇ ਕੁਛ ਟਾਈਮ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਮੈਂ ਕੱਲ੍ਹ ਹੀ ਖਬਰ ਦੇਖ ਰਿਹਾ ਸੀ ਕਿ ਦੋ ਸਕੇ ਭਰਾ ਗਏ ਸਮਝੌਤਾ ਕਰਨ ਗਏ ਸੀ ਉੱਥੇ ਗੋਲੀ ਚੱਲ ਪਈ ਦੋਵੇਂ ਮਰ ਗਏ ਮਤਲਬ ਇਹ ਬਹੁਤ ਅਨਫੋਰਚੁਨੇਟ ਹੈ ਡੈਫੀਨੇਟਲੀ ਕਿ ਇਹ ਗਨ ਕਲਚਰ ਤੁਹਾਨੂੰ ਲੱਗਦਾ ਕਿ ਹਾਂ ਉਸ ਵਾਲੇ ਪਾਸੇ ਹੈ ਪੰਜਾਬ ਦੇ ਵਿੱਚ ਗਨ ਲਾਇਸੈਂਸ ਤਾਂ ਬਹੁਤ ਹੈ ਹਰ ਕੋਈ ਚਾਹੁੰਦਾ ਉਹਦੇ ਕੋਲ ਹਥਿਆਰ ਹੋਵੇ ਇਹ ਇੱਕ ਸ਼ੋਅ ਆਫ ਵੀ ਤੁਸੀਂ ਕਹਿ ਸਕਦੇ ਹੋ ਕਿ ਹੈਗਾ ਇਹ ਦੇਖੋ ਪੰਜਾਬ ਦੇ ਵਿੱਚ ਗਨ ਕਲਚਰ ਦਾ ਇੱਕ ਇੰਪੈਕਟ ਬਹੁਤ ਦਿਨਾਂ ਤੋਂ ਰਿਹਾ ਜੀ ਇਧਰ ਪਿਛਲੇ ਜੇ ਆਪਾਂ ਇੱਕ ਦਹਾਕੇ ਦੀ ਜਾਂ ਪਿਛਲੇ 5-7 ਸਾਲਾਂ ਦੀ ਗੱਲ ਕਰੀਏ ਭਾਵੇਂ ਮਿਊਜ਼ਿਕ ਹੈ ਭਾਵੇਂ ਵੀਡੀਓਜ਼ ਹੈ ਭਾਵੇਂ ਜਿਸ ਤਰ੍ਹਾਂ ਦਾ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਦੇਖ ਰਹੇ ਹਾਂ ਉਸ ਦੇ ਉੱਤੇ ਮੈਂ ਸਮਝਦਾ ਕਿ ਇੱਕ ਯੂਥ ਦੇ ਵਿੱਚ ਇੱਕ ਇਟ ਗਿਵਸ ਦੇਮ ਅ ਕਿੱਕ ਵੈਨ ਦੇ ਟਾਕ ਅਬਾਊਟ ਵੈਪਨਸ ਵੈਨ ਦੇ ਸ਼ੋ ਇੱਕ ਮਸਲ ਪਾਵਰ ਇੱਕ ਬੁਲੀ ਪਾਵਰ ਉਹ ਇੱਕ ਕਿੱਕ ਦਿੰਦੀ ਹੈ ਐਂਡ ਦੈਟ ਇਜ਼ ਦਾ ਰੀਜ਼ਨ ਵੀ ਯੂਲੋਜਾਈਜ਼ these small time criminals so ek eh ek maadi cheez jehde sade youth de vich aa gayi hai main jithe vi janna hai utthe agra karda lokan nu ki apne bachyan nu inna jehde is tarah de dushit literature hai dushit gaane hai dushit cheezan hai inna to dur rakhan aur punjab police vallon hate speech gun culture de khilaf ਸਖਤ ਕਾਰਵਾਈ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ ਜੇ ਕਿਤੇ ਵੀ ਕੋਈ ਵੈਪਨ ਦਾ ਡਿਸਪਲੇ ਕਰਦਾ ਹੈ ਜਾਂ ਕੋਈ ਹੇਟ ਸਪੀਚ ਦਿੰਦਾ ਹੈ ਇਮੀਡੀਏਟਲੀ ਲੀਗਲ ਐਕਸ਼ਨ ਇਜ਼ ਟੇਕਨ ਜੀ ਤੁਸੀਂ ਸੋਸ਼ਲ ਮੀਡੀਆ ਦਾ ਜ਼ਿਕਰ ਕੀਤਾ ਗੈਂਗਸਟਰਸ ਵੀ ਜਿਹੜੀਆਂ ਐਕਟੀਵਿਟੀਜ਼ ਕਰਦੇ ਨੇ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਨੇ ਇਜ਼ ਇਟ ਅ ਚੈਲੰਜ ਫੋਰ ਪੁਲਿਸ ਕਿ ਉਹਨਾਂ ਨੂੰ ਟਰੈਕ ਕਰਨਾ ਸੋਸ਼ਲ ਮੀਡੀਆ ਤੇ ਕਿਸੇ ਨੇ ਪੋਸਟ ਪਾਤੀ ਉਸ ਦਾ ਸਕਰੀਨਸ਼ਾਟ ਲਿਆ ਵਾਇਰਲ ਕਰਤਾ ਉਸ ਤੋਂ ਬਾਅਦ ਪੋਸਟ ਡਿਲੀਟ ਕਰਤੀ ਸੋ ਇਸ ਤਰੀਕੇ ਦੀਆਂ ਚੀਜ਼ਾਂ ਚੱਲਦੀਆਂ ਨੇ ਕਿੰਨਾ ਜ਼ਿੰਮੇਵਾਰ ਹੈ ਇਹ ਚੀਜ਼ ਇਟ ਇਜ਼ ਅ ਬਿਗ ਚੈਲੰਜ ਫੋਰ ਦਾ ਪੁਲਿਸ ਐਂਡ ਵੀ ਆਰ ਗੇਅਰਿੰਗ ਅਪ ਟੂ ਮੀਟ ਦਿਸ ਚੈਲੰਜ
ਅਸੀਂ ਵੀ ਟੈਕਨੋਲੋਜੀਕਲੀ ਆਪਣੇ ਆਪ ਨੂੰ ਸਾਊਂਡ ਕਰ ਰਹੇ ਹਾਂ, ਵੀ ਆਲਸੋ ਮੋਨੀਟਰ ਸੋਸ਼ਲ ਮੀਡੀਆ ਤਾਂ ਕਿ ਕੋਈ ਵੀ ਇਸ ਤਰ੍ਹਾਂ ਦਾ ਮਾਹੌਲ ਵਿਸ਼ੇਟ ਕਰਨ ਦੀ ਕੋਸ਼ਿਸ਼ ਨਾ ਕਰੇ, ਔਰ ਜਿੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਜਾਂਦੀ ਹੈ ਇਮੀਡੀਏਟ ਐਕਸ਼ਨ ਇਜ਼ ਟੇਕਨ। ਤੁਸੀਂ ਇੱਕ ਡਰੱਗਸ ਦਾ ਜ਼ਿਕਰ ਕੀਤਾ ਸੀ, ਬਹੁਤ ਸਾਰੇ ਲੋਕ ਸਰ ਇਹ ਸਵਾਲ ਪੁੱਛਦੇ, ਇਨਫੈਕਟ ਸਾਡੇ ਕੋਲ ਮੈਸੇਜਸ ਜ਼ਰੀ ਵੀ ਆਉਂਦੇ ਆ ਕਿ ਡਰੱਗਸ ਇੱਕ ਐਸੀ ਚੀਜ਼ ਹੈ ਕਿ ਇੱਕ ਡਰੱਗਸ ਨੂੰ ਕੰਜ਼ਿਊਮ ਕਰਨ ਵਾਲਾ ਕੋਈ ਹੈ ਜਿਸ ਦੇ ਕੋਲ ਪੁੜੀ ਕਹਿੰਦੇ ਆਪਾਂ ਨਸ਼ੇ ਦੀ, ਕਿ ਉਸ ਨੂੰ ਪਕੜਿਆ ਜਾਵੇ ਤਾਂ ਇੱਕ ਪੂਰੀ ਚੇਨ ਹੈ, ਇੱਕ ਪੂਰਾ ਸਰਕਲ ਹੈ, ਇੱਕ ਤੋਂ ਸ਼ੁਰੂ ਹੋ ਕੇ ਤੁਸੀਂ ਪੂਰੇ ਇੱਕ ਵੱਡੇ ਵਪਾਰੀ ਤੱਕ ਪਹੁੰਚ ਸਕਦੇ ਹੋ। ਕਿਉਂ ਕਿਉਂ ਨਹੀਂ ਹੁੰਦਾ ਕਿ ਇੱਕ ਪੁਆਇੰਟ ਤੇ ਜਾ ਕੇ ਦੂਜੇ ਪੁਆਇੰਟ ਦੇ ਉੱਤੇ ਜਾ ਕੇ ਉਹ ਇਨਵੈਸਟੀਗੇਸ਼ਨ ਰੁਕ ਜਾਂਦੀ ਹੈ ਜਾਂ ਕਿਆ ਹੁੰਦਾ? ਬਹੁਤ ਸਾਰੇ ਲੋਕ ਇਹ ਵੀ ਇਲਜ਼ਾਮ ਲਗਾਉਂਦੇ ਆ ਕਿ ਅਸੀਂ ਕੰਪਲੇਂਟ ਕੀਤੀ ਜੀ ਸਾਡੇ ਪਿੰਡ ਦੇ ਵਿੱਚ ਫਲਾਣਾ ਬੰਦਾ ਨਸ਼ਾ ਵੇਚਦਾ, ਫੜ ਲਿਆ ਗਿਆ, ਫਿਰ 2 ਮਹੀਨੇ ਬਾਅਦ ਫਿਰ ਵਾਪਸ ਘੁੰਮਦਾ ਸੀਗਾ, ਫਿਰ ਦਿੱਕਤ ਹੈ। ਦੇਖੋ ਇਟਸ ਅ ਮਿਸਨੋਮਰ, ਇਹ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਹਮੇਸ਼ਾ ਇੱਦਾਂ ਨਹੀਂ ਹੁੰਦਾ। ਇਹ ਜਿਹੜਾ ਡਰੱਗਸ ਦਾ ਇਹ ਕਾਟਲ ਹੈ, ਜਿਹੜਾ ਡਰੱਗਸ ਦਾ ਬਿਜ਼ਨਸ ਹੈ, ਇਹ ਅਨੋਨਿਮਿਟੀ ਦਾ ਬਿਜ਼ਨਸ ਹੈ। ਸੰਬਡੀ ਹੂ ਬ੍ਰਿੰਗਸ ਦਾ ਡਰੱਗ, ਉਹਨੂੰ ਇੰਨਾ ਡਾਇਰੈਕਸ਼ਨ ਹੁੰਦਾ ਹੈ ਕਿ ਤੂੰ ਇੱਥੇ ਤੱਕ ਪਹੁੰਚਾ ਦੇ, ਇੱਥੇ ਛੱਡ ਕੇ ਫਿਰ ਵਾਪਸ ਚਲੇ ਜਾ। ਇਟ ਇਜ਼ ਅ ਫੇਸਲੈਸ ਬਿਜ਼ਨਸ ਮੋਸਟ ਆਫ ਦਾ ਟਾਈਮ। ਸੋ ਜਿਹੜਾ ਐਂਡ ਯੂਜ਼ਰ ਜਾਂ ਜਿਹੜਾ ਐਂਡ ਸੈਲਰ ਹੈ, ਜਦੋਂ ਫੜਿਆ ਜਾਂਦਾ ਹੈ ਉਹਨੂੰ ਪੁੱਛਦੇ ਆ ਤੂੰ ਕਿੱਥੋਂ ਲੈ ਕੇ ਆਇਆ, ਇਨ ਮੋਸਟ ਆਫ ਦਾ ਕੇਸਿਸ ਹੀ ਡਜ਼ਨਟ ਨੋ ਕਿ ਮੈਂ ਤਾਂ ਉੱਥੇ ਕਿਹਾ ਸੀਗਾ ਉੱਥੇ ਚਲਿਆ ਜਾ, ਉੱਥੋਂ ਜਾ ਕੇ ਲਿਆ। ਬਟ ਜਿਸ ਤਰ੍ਹਾਂ ਮੈਂ ਅੱਗੇ ਤੁਹਾਨੂੰ ਕਿਹਾ ਸੀਗਾ, ਇਨ ਈਚ ਐਂਡ ਐਵਰੀ ਕੇਸ ਵੇਅਰ ਕਮਰਸ਼ੀਅਲ ਰਿਕਵਰੀਜ਼ ਆਰ ਮੇਡ, ਅ ਸਪੈਸ਼ਲ ਟੀਮ ਇਜ਼ ਕੰਸਟੀਟਿਊਟਿਡ ਟੂ ਲੁੱਕ ਇਨ ਟੂ ਦਾ ਫਾਰਵਰਡ ਐਂਡ ਬੈਕਵਰਡ ਲਿੰਕੇਜਿਸ ਆਫ ਦਿਸ ਸਮਗਲਿੰਗ ਬਿਜ਼ਨਸ। ਸੋ ਵੀ ਟਰਾਈ ਆਰ ਲੈਵਲ ਬੈਸਟ ਕਿ ਅਸੀਂ ਸਿਰੇ ਤੱਕ ਪਹੁੰਚੀਏ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਹੈ ਕਿ ਹੁਣ ਅਸੀਂ ਕੋਸ਼ਿਸ਼ ਸਾਡੀ ਇਹ ਹੈ ਕਿ ਔਰ ਪਿਛਲੇ 1 ਸਾਲ ਦੇ ਵਿੱਚ ਲਗਭਗ 100 ਤੋਂ ਵੱਧ ਕੇਸਿਸ ਦੇ ਵਿੱਚ ਅਸੀਂ ਪ੍ਰੋਪਰਟੀ ਫੋਰਫੀਟ ਕਰਨ ਤੱਕ ਗਏ ਹਾਂ। ਔਰ ਮੇਰੇ ਖਿਆਲ ਇੱਕ ਫਾਈਨੈਂਸ਼ੀਅਲ ਡੈਂਟ ਹੈ ਜਿਸ ਦਾ ਬਹੁਤ ਅੱਛਾ ਵੱਡਾ ਅਸਰ ਪਏ। ਜਿਵੇਂ ਆ ਪਿਛਲੇ ਦਿਨਾਂ ਚ ਅਸੀਂ ਆਪਰੇਸ਼ਨ ਕਾਸੋ ਦੇਖਿਆ ਸੀ ਤੁਹਾਡਾ, ਇੱਕ ਕਿ ਜਗ੍ਹਾ ਜਗ੍ਹਾ ਜਾ ਕੇ ਚੈਕਿੰਗ ਕਰਦੀਆਂ ਪੁਲਿਸ ਦੀਆਂ ਟੀਮਾਂ, ਕੀ ਉਸ ਮਾਈਕਰੋ ਲੈਵਲ ਤੇ ਪਹੁੰਚਣ ਤੱਕ ਇਹੋ ਜਿਹੇ ਆਪਰੇਸ਼ਨ ਹੁੰਦੇ ਆ, ਤੁਹਾਨੂੰ ਸਹਾਈ ਹੁੰਦੇ? ਅਸੀਂ ਕਈ ਤਰ੍ਹਾਂ ਦੇ ਆਪਰੇਸ਼ਨਸ ਪਲਾਨ ਕਰਦੇ ਰਹਿੰਦੇ ਹਾਂ। ਰੀਸੈਂਟਲੀ 1 ਕੋਆਰਡੀਨੇਟ ਸਰਚ ਆਪਰੇਸ਼ਨ ਵਿਚ ਯੂ ਆਰ ਰੈਫਰਿੰਗ ਟੂ, ਉਹਦੇ ਵਿੱਚ ਸਾਨੂੰ ਸਾਰੇ ਪੰਜਾਬ 'ਚ ਅਸੀਂ ਕੀਤਾ ਔਰ ਬਹੁਤ ਵੱਡੀ ਕਾਮਯਾਬੀ ਮਿਲੀ। ਅਸੀਂ 225 FIRs ਦਰਜ ਕੀਤੀਆਂ ਪਿਛਲੇ ਹਫ਼ਤੇ ਜਿਹੜਾ ਹੋਇਆ ਸੀਗਾ, ਔਰ ਕਾਫ਼ੀ ਮਾਤਰਾ ਦੇ ਵਿੱਚ ਡਰੱਗਸ ਰਿਕਵਰ ਹੋਏ, ਕਾਫ਼ੀ ਮਾਤਰਾ ਦੇ ਵਿੱਚ ਕ੍ਰਿਮੀਨਲਸ ਫੜੇ ਗਏ ਕਾਫ਼ੀ ਨੰਬਰਸ ਦੇ ਵਿੱਚ, ਔਰ POs ਫੜੇ ਗਏ। ਸੋ ਕਾਫ਼ੀ ਇਟ ਵਾਜ਼ ਅ ਵੈਰੀ ਸਕਸੈਸਫੁਲ ਆਪਰੇਸ਼ਨ। ਸੋ ਵੀ ਕੀਪ ਔਨ ਪਲੈਨਿੰਗ ਦਿਸ ਤਾਂ ਕਿ ਵੀ ਟੇਕ ਦੈਮ ਬਾਏ ਸਰਪ੍ਰਾਈਜ਼ ਔਰ ਸਾਨੂੰ ਸਫਲਤਾਵਾਂ ਮਿਲਦੀਆਂ ਰਹਿੰਦੀਆਂ। ਮੈਂ ਸਰ ਇੱਕ ਆਖਰੀ ਸਵਾਲ ਤੁਹਾਡੇ ਤੋਂ ਲਵਾਂਗਾ। ਪੰਜਾਬ ਨੇ ਇੱਕ ਬੜਾ ਅਨਫੋਰਚੁਨੇਟ ਇੰਸੀਡੈਂਟ ਦੇਖਿਆ ਮੂਸੇਵਾਲਾ ਦਾ, ਇਸ ਕਰਕੇ ਮੈਂ ਸਵਾਲ ਪੁੱਛ ਰਿਹਾ ਕਿਉਂਕਿ ਗੋਲਡੀ ਬਰਾੜ ਜਿਹੜਾ ਇੱਕ ਗੈਂਗਸਟਰ ਹੈ, ਵਿਦੇਸ਼ 'ਚ ਹੈ ਕਿੱਥੇ ਹੈ ਨਹੀਂ ਪਤਾ, ਜਿਹੜੇ ਅਜਿਹੇ ਐਲੀਮੈਂਟਸ ਹੈ ਉਹਨਾਂ ਦੀ ਭਾਰਤ ਹਵਾਲਗੀ ਦੇ ਲਈ ਕਿਸ ਤਰੀਕੇ ਦੇ ਸਟੈਪ ਕਰਦੇ ਹੋ, ਤੁਸੀਂ ਕੀ ਕਰ ਰਹੇ ਹੋ? ਕੋਈ ਥੋੜ੍ਹਾ ਜਿਹਾ ਚਾਨਣਾ ਪਾ ਸਕੋ ਉਹਨਾਂ ਲੋਕਾਂ ਨੂੰ ਜੋ ਜਾਣਨਾ ਚਾਹੁੰਦੇ ਨੇ ਕਿ ਇਹ ਜਿਹੜੇ ਗੈਂਗਸਟਰ, ਕਿਉਂਕਿ ਜੇ ਸਚਿਨ ਬਿਸ਼ਨੋਈ ਆ ਗਿਆ ਅਜ਼ਰਬੈਜਾਨ ਤੋਂ ਤਾਂ ਫਿਰ ਗੋਲਡੀ ਬਰਾੜ ਵੀ ਕੋਈ ਵੱਡੀ ਚੀਜ਼ ਨਹੀਂ। ਦੇਖੋ ਜੋ ਵੀ ਕੋਈ ਫੋਰਨ ਤੋਂ ਅਸੀਂ ਪ੍ਰਤਿਆਰਪਣ ਕਰਕੇ ਜਾਂ ਐਕਸਟ੍ਰਾਡਾਈਟ ਕਰਕੇ ਕੋਈ ਕ੍ਰਿਮੀਨਲ ਲੈ ਕੇ ਆਉਣਾ ਹੈ ਜੀ, ਉਸ ਦਾ ਇੱਕ ਸੈੱਟ ਪ੍ਰੋਸੀਜਰ ਹੁੰਦਾ ਹੈ ਜੀ। ਸਾਡੇ ਵੱਲੋਂ ਸਾਰੇ ਡਾਕੂਮੈਂਟਸ ਬਣ ਕੇ ਫਿਰ ਉਹ ਭਾਰਤ ਸਰਕਾਰ ਜਾਂਦੇ ਨੇ, ਦੈਨ ਗਵਰਨਮੈਂਟ ਆਫ ਇੰਡੀਆ ਫਰੋਮ ਹੋਮ ਡਿਪਾਰਟਮੈਂਟ ਵਿਦ ਦਾ ਹੈਲਪ ਆਫ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਦੇ ਟੇਕ ਅਪ ਵਿਦ ਦਾ ਕੰਸਰਨਡ ਕੰਟਰੀ
ਔਰ ਹਰ ਮੁਲਕ ਨਾਲ ਇੱਕ ਅਲੱਗ ਕਿਸਮ ਦੀ ਟ੍ਰੀਟੀ ਸਾਡੇ ਮੁਲਕ ਨਾਲ ਹੋਈ ਹੈ। ਸੋ ਕੁਛ ਮੁਲਕਾਂ ਚੋਂ ਛੇਤੀ ਹੋ ਜਾਂਦਾ ਹੈ, ਕੁਛ ਮੁਲਕਾਂ ਚੋਂ ਟਾਈਮ ਲੱਗਦਾ ਹੈ। ਦੈਨ ਦ ਕੰਸਰਨਡ ਕੰਟਰੀ ਦੇ ਆਸਕ ਫੋਰ ਸਰਟਨ ਥਿੰਗਸ, ਉਹ ਖਤੋ ਖਿਤਾਬਤ ਐਂਡ ਇਟਸ ਅ ਬਿਟ ਕੰਬਰਸਮ ਪ੍ਰੋਸੈਸ, ਬਟ ਆਈ ਅਸ਼ੋਰ ਯੂ ਕਿ ਜਿਨ੍ਹਾਂ ਜਿਨ੍ਹਾਂ ਦੇ ਖਿਲਾਫ਼ ਇਹ ਪ੍ਰੋਸੈਸ ਸ਼ੁਰੂ ਹੋਇਆ, ਦੇਰ ਸਵੇਰ ਉਹ ਹੋ ਜਾਂਦਾ ਹੈ। ਐਂਡ ਵੀ ਆਰ ਆਲਸੋ ਟਰਾਇੰਗ ਆਰ ਲੈਵਲ ਬੈਸਟ ਕਿ ਜਿਹੜੇ ਅਪਰਾਧੀ ਸਾਨੂੰ ਇੱਥੇ ਲੋੜੀਂਦੇ ਨੇ, ਜਿਨ੍ਹਾਂ ਨੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕੀਤਾ ਹੋਇਆ, ਜਿਨ੍ਹਾਂ ਦੇ ਪੰਜਾਬ ਦੇ ਵਾਤਾਵਰਣ ਨੂੰ ਖਰਾਬ ਕੀਤਾ ਹੈ, ਉਹ ਛੇਤੀ ਹੀ ਲਾਅ ਦੇ ਘੇਰੇ ਦੇ ਵਿੱਚ ਆਉਣਗੇ। ਜੀ ਚਲੋ, ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਨੂੰ ਟਾਈਮ ਦੇਣ ਦੇ ਲਈ। ਔਰ ਹੋਪਫੁਲੀ ਤੁਹਾਡੇ ਜਿਹੜੇ ਮੈਸੇਜ ਹੈ ਜਾਂ ਤੁਹਾਡੀਆਂ ਸਟੇਟਮੈਂਟਸ ਹੈ, ਇੱਕ ਸੋਸ਼ਲ ਸਿਕਿਉਰਿਟੀ ਦਾ ਅਸੀਂ ਜ਼ਿਕਰ ਕਰ ਰਹੇ ਸੀ, ਲੋਕਾਂ ਤੱਕ ਪਹੁੰਚੇਗੀ, ਥੋੜਾ ਜਿਹਾ ਹੋਰ ਖੁਦ ਨੂੰ ਕੌਨਫੀਡੈਂਟ ਮਹਿਸੂਸ ਕਰਾਂਗੇ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ। ਵਾਪਸ ਰੁਕ ਕਰਦੇ ਹਾਂ ਨਪਿੰਦਰ ਔਰ ਸਰਬਜੋਤ। ਡਰੱਗਸ, ਗੈਂਗਸਟਰਿਜ਼ਮ, ਬਾਰਡਰ ਮੈਨੇਜਮੈਂਟ ਵੱਡੇ ਚੈਲੰਜਸ ਨੇ। ਡਰੱਗ ਪੈਡਲਰਸ ਤੇ ਨਕੇਲ ਕਿਵੇਂ ਕੱਸੀ ਜਾ ਸਕੇ, ਇਨ੍ਹਾਂ ਤਮਾਮ ਪੁਆਇੰਟਸ ਤੇ ਗੱਲਬਾਤ ਕੀਤੀ ਪੰਜਾਬ ਦੇ ਸਪੈਸ਼ਲ DGP ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ। ਸਰ, ਤੁਸੀਂ ਨਿਊਜ਼ 18 ਤੇ ਮੰਚ ਤੇ ਜੁੜੇ, ਆਪਣਾ ਵੈਲਿਊਏਬਲ ਟਾਈਮ ਸਾਨੂੰ ਦਿੱਤਾ। ਨਾਓ ਆਈ ਵੁੱਡ ਰਿਕੁਐਸਟ ਮਾਈ ਕੁਲੀਗਸ ਗੌਰਵ ਸ਼ੁਕਲਾ ਐਂਡ ਵਿਜੇਪਾਲ ਬਰਾੜ ਟੂ ਫੈਲੀਸਟੇਟ ਆਰ ਆਨਰੇਬਲ ਸਪੈਸ਼ਲ DGP ਪੰਜਾਬ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਜੀ। ਤਾਂ ਬਿਲਕੁਲ, ਇੱਕ ਵੱਡੀ ਜ਼ਿੰਮੇਵਾਰੀ ਹੈ ਜਦੋਂ ਜਿੱਦਾਂ ਜਿੱਦਾਂ ਕਹਿੰਦੇ ਕਿ ਅਹੁਦੇ ਵੱਡੇ ਹੋ ਜਾਂਦੇ ਆ, ਮੋਢਿਆਂ ਤੇ ਜਿੰਨਾ ਕੁ ਭਾਰ ਵੱਧਦਾ ਜਾਂਦਾ, ਜ਼ਿੰਮੇਵਾਰੀਆਂ ਦਾ ਭਾਰ ਵੀ ਉਨਾ ਵੱਧਦਾ ਜਾਂਦਾ। ਔਰ ਅਰਪਿਤ ਸ਼ੁਕਲਾ ਜੀ ਹੋਰਾਂ ਤੇ ਜ਼ਿੰਮੇਵਾਰੀ ਲਾਅ ਐਂਡ ਆਰਡਰ ਮੇਨਟੇਨ ਰੱਖਣ ਦੀ ਹੈ ਕਿ ਕਿਵੇਂ ਪੰਜਾਬ ਦੇ ਲੋਕ ਆਪਣੇ ਘਰਾਂ ਦੇ ਵਿੱਚ ਚੈਨ ਅਮਾਨ ਦੇ ਨਾਲ ਬੇਫਿਕਰ ਹੋ ਕੇ ਚੈਨ ਦੀ ਨੀਂਦ ਸੌਂ ਸਕਣ ਤੇ ਉਹਨਾਂ ਨੂੰ ਕਿਸੇ ਕਿਸਮ ਦਾ ਡਰ ਭੈ ਨਾ ਹੋਵੇ। ਪਰ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਗੈਰ ਸਮਾਜਿਕ ਤੱਤ ਨੇ ਉਹ ਲਗਾਤਾਰ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਰਹਿੰਦੇ ਨੇ। ਗੈਂਗਸਟਰਵਾਦ ਆ ਜਿਹੜਾ, ਉਹਦੇ ਤੇ ਨਕੇਲ ਕੱਸਣ ਦੇ ਲਈ ਲਗਾਤਾਰ ਪੰਜਾਬ ਪੁਲਿਸ ਕੰਮ ਕਰ ਰਹੀ ਹੈ। ਔਰ ਆਸ ਕਰਦੇ ਹਾਂ ਕਿ ਜਲਦੀ ਪੰਜਾਬ ਇੱਕ ਵਾਰ ਫਿਰ ਤੋਂ ਅਮਨ ਤੇ ਸ਼ਾਂਤੀ ਦੇ ਰਾਹ ਤੇ ਚੱਲੇ। ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਕੁਰਾਹੇ ਪਏ ਨੇ, ਉਹ ਵੀ ਸਿੱਧੇ ਰਸਤੇ ਪੈ ਕੇ ਪੰਜਾਬ ਨੂੰ ਤਰੱਕੀ ਦੇ ਰਾਹਾਂ ਵੱਲ ਲਿਜਾਣ ਦੇ ਵਿੱਚ ਯੋਗਦਾਨ ਦੇਣ। ਤਾਂ ਹਲੇ ਨਵਾਂ ਸਾਲ ਨਵਾਂ ਵਿਜ਼ਨ ਜਾਰੀ ਰਹੇਗਾ ਕਿਉਂਕਿ ਨਵੇਂ ਸਾਲ ਦਾ ਨਵਾਂ ਵਿਜ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਨਾਲ ਸਭ ਦੇ ਸਾਹਮਣੇ ਲੈ ਕੇ ਆਉਣਾ। ਥੋੜੀ ਦੇਰ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਨਤਾ ਦੀ ਕਚਹਿਰੀ 'ਚ ਹੋਣਗੇ ਜਨਤਾ ਦੇ ਸਵਾਲਾਂ ਦੇ ਜਵਾਬ ਦੇਣ ਦੇ ਲਈ। ਔਰ ਉਹਨਾਂ ਦੇ ਸਵਾਲ ਕੀ ਨੇ, ਕੀ ਚਾਹੁੰਦੇ ਨੇ ਪੰਜਾਬ ਦੇ ਲੋਕ, ਸਾਰੀਆਂ ਗੱਲਾਂ ਬਾਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹੋਣਗੀਆਂ। ਪਰ ਫਿਲਹਾਲ ਥੋੜਾ ਜਿਹਾ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਦੇ ਹਾਂ, 2 ਵਜੇ ਦੇ ਆਸ ਪਾਸ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਔਰ ਉਸ ਵੇਲੇ ਸਾਡੇ ਨਾਲ ਮੌਜੂਦ ਰਹਿਣਗੇ ਤੁਹਾਡੀ ਕਚਹਿਰੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣੀ। ਫਿਲਹਾਲ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਦੇ ਹਾਂ, ਜਲਦੀ ਵਾਪਸ ਪਰਤਦੇ ਹਾਂ।